हेलो फ्रेंड्स, वेलकम टू आर यूट्यूब चैनल इंग्लिश फैमिली 87। सो अपनी अज्ज की इस वीडियो दे विच आपां गल करांगे कैम्ब्रिज इंग्लिश ग्रामर इन यूज़ बाय रेमंड मर्फी 5th एडिशन। उसकी यूनिट है जी आपां करांगे 98। 98 नंबर यूनिट है जी आपां करांगे। 98 नंबर यूनिट दे विच देखो आपां ने की करना है, एडजेक्टिव्स एंडिंग इन आई एन जी एंड ई डी। सब तो पहले तो देखो इन्होंने एक एग्जाम्पल भी दी है, बोरिंग एंड बोर्ड। ਆਪਾਂ ਇਸ ਯੂਨਿਟ ਦੇ ਵਿੱਚ ਜਿਹੜੇ ਐਡਜੈਕਟਿਵਸ ਨੇ ਉਹਨਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਦੇਖੋ ਐਡਜੈਕਟਿਵਸ ਕੀ ਹੁੰਦੇ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਲੱਗ ਤੋਂ ਸੈਪਰੇਟ ਵੀਡੀਓ ਵੀ ਹੈਗੀ ਹੈ, ਤੁਸੀਂ ਸਰਚ ਕਰਕੇ ਦੇਖ ਸਕਦੇ ਹੋ, ਐਡਜੈਕਟਿਵਸ ਬਾਏ ਇੰਗਲਿਸ਼ ਫੈਮਿਲੀ 87। ਤੁਹਾਨੂੰ ਫਿਰ ਵੀ ਓਵਰਵਿਊ ਦੇ ਦਿੰਦੇ ਹਾਂ। ਐਡਜੈਕਟਿਵਸ ਉਹ ਹੁੰਦੇ ਨੇ ਜਿਹੜੇ ਕਿਸੇ ਨਾਊਨ ਜਾਂ ਫਿਰ ਪ੍ਰਨਾਊਨ ਦੀ ਵਿਸ਼ੇਸ਼ਤਾ ਦੱਸਦੇ ਨੇ। ਜੇਕਰ ਤੁਹਾਨੂੰ ਐਡਜੈਕਟਿਵਸ ਬਾਰੇ ਪਤਾ ਵੀ ਹੈ ਤਾਂ ਜਿਹੜੇ ਐਡਜੈਕਟਿਵਸ ਨੇ ਉਹ ਵੀ ਦੋ ਪ੍ਰਕਾਰ ਦੇ ਹੁੰਦੇ ਨੇ। ਇੱਕ ਤਾਂ ਦੇਖੋ ਉਹ ਐਡਜੈਕਟਿਵਸ ਹੁੰਦੇ ਨੇ ਜਿਹੜੇ ਸਿਰਫ ਇੱਕ ਹੀ ਫਾਰਮ ਦੇ ਵਿੱਚ ਆਉਂਦੇ ਨੇ। ਜਿਸ ਤਰ੍ਹਾਂ ਮੰਨ ਲਓ ਇੰਟੈਲੀਜੈਂਟ ਹੈ, ਆਪਾਂ ਇੰਟੈਲੀਜੈਂਟ ਸ਼ਬਦ ਹੈ ਜਿਹੜਾ ਉਹ ਕਿਸੇ ਵਿਅਕਤੀ ਲਈ ਯੂਜ਼ ਕਰਾਂਗੇ। ਮਤਲਬ ਆਪਾਂ ਕਹਾਂਗੇ ਰਾਮ ਇਜ਼ ਇੰਟੈਲੀਜੈਂਟ, ਤਾਂ ਇੰਟੈਲੀਜੈਂਟ ਕੌਣ ਹੈ? ਰਾਮ। ਤਾਂ ਰਾਮ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਉਹ ਐਡਜੈਕਟਿਵ ਹੈ। ਜਾਂ ਹੀ ਇਜ਼ ਇੰਟੈਲੀਜੈਂਟ, ਤਾਂ ਹੀ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਹੀ ਉੱਥੇ ਕੀ ਹੈ? ਪ੍ਰਨਾਊਨ ਹੈ। ਤਾਂ ਇੰਟੈਲੀਜੈਂਟ ਹੈ ਜਿਹੜਾ ਆਪਾਂ ਉਸਨੂੰ ਇੰਟੈਲੀਜੈਂਟ ਹੀ ਕਹਾਂਗੇ। ਆਪਾਂ ਇੰਟੈਲੀਜੈਂਟਿੰਗ ਜਾਂ ਫਿਰ ਇੰਟੈਲੀਜੈਂਟਡ ਆਈ ਐਨ ਜੀ ਜਾਂ ਈ ਡੀ ਨਹੀਂ ਲਗਾਵਾਂਗੇ। ਬਟ ਕੁਝ ਕੁ ਐਡਜੈਕਟਿਵਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨਾਲ ਈ ਡੀ ਜਾਂ ਫਿਰ ਆਈ ਐਨ ਜੀ ਲੱਗਦਾ। ਜਿਸ ਤਰ੍ਹਾਂ ਕਿ ਬੋਰ, ਬੋਰਿੰਗ ਹੈ। ਦੇਖੋ ਬੋਰਿੰਗ ਐਂਡ ਬੋਰਡ ਹੈਗੇ, ਇਹ ਵੀ ਐਡਜੈਕਟਿਵਸ ਨੇ। ਇਹ ਵੀ ਕਿਸੇ ਨਾਊਨ ਜਾਂ ਪ੍ਰਨਾਊਨ ਦੀ ਵਿਸ਼ੇਸ਼ਤਾ ਦੱਸਦੇ ਨੇ। ਮਤਲਬ ਆਪਾਂ ਕਿਸੇ ਵੀ ਨਾਊਨ ਜਾਂ ਪ੍ਰਨਾਊਨ ਲਈ ਇਹਨਾਂ ਨੂੰ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਕੋਈ ਨਾਊਨ ਹੈ, ਮੰਨ ਲਓ ਰਾਮ ਕਿਸੇ ਦਾ ਨਾਮ ਹੈ, ਹੈ ਨਾ, ਰਾਮ, ਜਾਂ ਇਸ ਦੀ ਜਗ੍ਹਾ 'ਤੇ ਹੀ ਹੈ, ਆਪਾਂ ਕਹਿ ਸਕਦੇ ਰਾਮ ਇਜ਼ ਬੋਰਿੰਗ। ਜੇ ਆਪਾਂ ਕਹਾਂਗੇ ਰਾਮ ਇਜ਼ ਬੋਰਿੰਗ, ਆਪਾਂ ਰਾਮ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ ਕਿ ਰਾਮ ਬੋਰ ਹੈ ਭਾਈ, ਬੋਰਿੰਗ ਪਰਸਨ ਹੈ ਰਾਮ, ਜਾਂ ਹੀ ਇਜ਼ ਬੋਰਿੰਗ। ਇਸ ਤੋਂ ਇਲਾਵਾ ਪ੍ਰਨਾਊਨ ਹੀ, ਸ਼ੀ, ਇਟ, ਉਹਨਾਂ ਲਈ ਵੀ ਆਪਾਂ ਇਹਨਾਂ ਦਾ ਯੂਜ਼ ਕਰਦੇ ਹਾਂ। ਹੁਣ ਰਹੀ ਗੱਲ ਇਹ ਕਿ ਆਪਾਂ ਇੱਕ ਸੈਂਟੈਂਸ ਦੇ ਵਿੱਚ ਕਿਸੇ ਨਾਊਨ ਜਾਂ ਪ੍ਰਨਾਊਨ ਦੇ ਲਈ ਆਈ ਐਨ ਜੀ ਲਗਾ ਕੇ ਕਿਸੇ ਐਡਜੈਕਟਿਵ ਦਾ ਯੂਜ਼ ਕਦੋਂ ਕਰਦੇ ਹਾਂ ਅਤੇ ਈ ਡੀ ਲਗਾ ਕੇ ਕਿਸੇ ਐਡਜੈਕਟਿਵ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ, ਤਾਂ ਉਹ ਤੁਹਾਨੂੰ ਉਸਦਾ ਮੀਨਿੰਗ ਹੈ ਜਿਹੜਾ ਉਹ ਪਤਾ ਹੋਣਾ ਚਾਹੀਦਾ ਕਿ ਆਈ ਐਨ ਜੀ ਲਗਾ ਕੇ ਕਦੋਂ ਯੂਜ਼ ਕਰਾਂਗੇ, ਈ ਡੀ ਲਗਾ ਕੇ ਕਦੋਂ ਯੂਜ਼ ਕਰਾਂਗੇ। ਇਹ ਥੋੜ੍ਹੀ ਜਿਹੀ ਕੰਮ ਹੈ ਜਿਹੜਾ ਆਸਾਨ ਬਹੁਤ ਹੈ, ਆਸਾਨ ਬਹੁਤ ਜ਼ਿਆਦਾ ਸਮਝਣਾ, ਬਟ ਇਸ ਦੀ ਸ਼ੁਰੂਆਤ ਕਰਨੀ ਸਮਝਣ ਦੀ ਉਹ ਥੋੜ੍ਹੀ ਜਿਹੀ ਹੋ ਸਕਦਾ ਕਿਸੇ ਦੇ ਲਈ ਕਠਿਨ ਹੋਵੇ। ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਆਪਾਂ ਕਿਸੇ ਨਾਊਨ ਦੇ ਨਾਲ ਆਈ ਐਨ ਜੀ ਲਗਾ ਕੇ ਕੋਈ ਐਡਜੈਕਟਿਵ ਲਗਾਉਂਦੇ ਹਾਂ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਉਹ ਜਿਹੜਾ ਨਾਊਨ ਹੈ ਉਹ ਕਿਸੇ ਹੋਰ ਨਾਮ 'ਤੇ, ਹੋਰ ਨਾਊਨ 'ਤੇ ਜਾਂ ਹੋਰ ਪਰਸਨ 'ਤੇ ਪ੍ਰਭਾਵ ਪਾ ਰਿਹਾ। ਜੇਕਰ ਇਸ ਤਰ੍ਹਾਂ ਨਹੀਂ ਸਮਝਾਉਂਦਾ, ਤੁਹਾਨੂੰ ਦੇਖੋ ਇਗਜ਼ਾਮਪਲ ਦੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ। ਜਿਵੇਂ ਮਤਲਬ ਬੋਰਿੰਗ ਹੈ, ਠੀਕ ਹੈ, ਅਤੇ ਬੋਰਡ ਹੈ। ਇਸੇ ਤਰ੍ਹਾਂ ਇੰਟਰਸਟਿੰਗ ਹੈ, ਇੰਟਰਸਟਡ ਹੈ। ਡਿਸਅਪੋਇੰਟਿੰਗ ਹੈ, ਡਿਸਅਪੋਇੰਟਡ ਹੈ। ਐਕਸਾਈਟਿੰਗ ਹੈ, ਐਕਸਾਈਟਡ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਹੁੰਦੇ ਨੇ। ਹੁਣ ਮੰਨ ਲਓ ਆਪਾਂ ਬੋਰ, ਕਿਸੇ ਆਪਾਂ ਪਰਸਨ ਦੇ ਲਈ ਆਪਾਂ ਬੋਰ ਸ਼ਬਦ ਯੂਜ਼ ਕਰਦੇ ਹਾਂ। ਮੰਨ ਲਓ ਆਪਣੇ ਕੋਲ ਇਗਜ਼ਾਮਪਲ ਵੀ ਹੈ, ਆਪਾਂ ਇਗਜ਼ਾਮਪਲ ਬਾਅਦ 'ਚ ਸਟਾਰਟ ਕਰਾਂਗੇ, ਪਹਿਲਾਂ ਮੇਰੀ ਗੱਲ ਤੁਸੀਂ ਸਮਝੋ, ਠੀਕ ਹੈ, ਇਹਨਾਂ ਦਾ ਯੂਜ਼ ਕਿਸ ਤਰ੍ਹਾਂ ਹੁੰਦਾ ਹੈ। ਮੰਨ ਲਓ ਜੇਨ ਹੈ, ਜੇਨ ਹੈ, ਇੱਕ ਪਰਸਨ ਹੈ, ਜੇਨ ਇੱਕ ਔਰਤ ਹੈ। ਜੇ ਆਪਾਂ ਇੱਥੇ ਕਹਿੰਦੇ ਹਾਂ ਜੇਨ ਇਜ਼ ਬੋਰਿੰਗ, ਔਰ ਇੱਕ ਆਪਾਂ ਕਹਿੰਦੇ ਹਾਂ ਜੇਨ ਇਜ਼ ਬੋਰਡ, ਠੀਕ ਹੈ, ਤਾਂ ਬੋਰ ਦਾ ਮਤਲਬ ਕੀ ਹੁੰਦਾ? ਅੱਕਣਾ, ਹੈ ਨਾ, ਅੱਕਣਾ ਜਾਂ ਅਕਾਊ। ਜੇਕਰ ਆਪਾਂ ਕਹਿੰਦੇ ਹਾਂ ਜੇਨ ਇਜ਼ ਬੋਰਿੰਗ, ਤਾਂ ਆਪਾਂ ਕਹਿ ਰਹੇ ਹਾਂ ਕਿ ਜੇਨ ਹੈ ਜਿਹੜੀ ਉਹ ਬੋਰਿੰਗ ਹੈ। ਮਤਲਬ ਕਿ ਜਿਹੜੀ ਜੇਨ ਹੈ ਉਹ ਦੂਜੇ ਬੰਦਿਆਂ ਨੂੰ, ਕਿਸੇ ਹੋਰ ਬੰਦਿਆਂ ਨੂੰ ਬੋਰ ਕਰਦੀ ਹੈ। ਜਾਂ ਕਹਿ ਲਓ ਵੀ ਆਪਾਂ ਜੇਨ ਤੋਂ ਬੋਰ ਹੁੰਦੇ ਹਾਂ, ਜਿਹੜੇ ਹੋਰ ਲੋਕ ਨੇ ਉਹ ਜੇਨ ਤੋਂ ਬੋਰ ਹੁੰਦੇ ਨੇ, ਜੇਨ ਤੋਂ ਅੱਕ ਜਾਂਦੇ ਨੇ। ਕਿਉਂ? ਕਿਉਂਕਿ ਜੇਨ ਹੈ ਜਿਹੜੀ ਉਹ ਬੋਰਿੰਗ ਹੈ।
ਠੀਕ ਹੈ ਨਾ। ਜੇਕਰ ਆਪਾਂ ਕਹਿੰਦੇ ਹਾਂ ਜੇਨ ਇਜ਼ ਬੋਰਡ ਈੜੀ ਨਾਲ, ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਜੇਨ ਹੈ ਉਹ ਖੁਦ ਬੋਰ ਹੁੰਦੀ ਹੈ ਕਿਸੇ ਹੋਰ ਤੋਂ, ਕਿਸੇ ਹੋਰ ਬੰਦੇ ਤੋਂ ਜਾਂ ਕਿਸੇ ਹੋਰ ਚੀਜ਼ ਤੋਂ। ਦੇਖੋ ਉਲਟਾ ਫਰਕ ਹੋ ਗਿਆ ਹੈ ਨਾ। ਇਸੇ ਤਰ੍ਹਾਂ ਮੰਨ ਲਓ ਆਪਾਂ ਇੱਥੇ ਲੈ ਲਓ ਫੋਰਮ ਆਪਣੀ ਇੰਟਰਸਟਿੰਗ ਅਤੇ ਇੰਟਰਸਟਡ। ਜੇਕਰ ਆਪਾਂ ਇੱਥੇ ਕਰ ਦਿੰਦੇ ਹਾਂ ਜੇਨ ਇਜ਼, ਹੈ ਨਾ, ਜੇਨ ਇਜ਼ ਇੰਟਰਸਟਿੰਗ, ਇੱਥੇ ਇੰਟਰਸਟਿੰਗ ਕਰ ਦਿੰਦੇ ਹਾਂ। ਇੰਟਰਸਟ ਦੀ ਸਪੈਲਿੰਗ ਦੇਖ ਲਓ, ਕਈ ਵਾਰ ਗਲਤ ਪੈ ਜਾਂਦੇ ਨੇ। ਇੱਥੇ ਈ ਪਏਗੀ ਹੈ ਨਾ, ਆਰ ਤੋਂ ਬਾਅਦ ਈ। ਚਲੋ ਇਹ ਦੁਬਾਰੇ ਪਾ ਦਿੰਦੇ ਹਾਂ, ਕੋਈ ਗੱਲ ਨਹੀਂ। ਇੰਟਰਸਟਿੰਗ ਜੇ ਆਪਾਂ ਕਹਿ ਦਿੰਦੇ ਹਾਂ ਜੇਨ ਇਜ਼ ਇੰਟਰਸਟਿੰਗ, ਅਤੇ ਇੱਥੇ ਆਪਾਂ ਕਹਿ ਦਿੰਦੇ ਹਾਂ ਜੇਨ ਇਜ਼ ਇੰਟਰਸਟਡ। ਤਾਂ ਹੁਣ ਦੋਵਾਂ ਦੇ ਵਿੱਚ ਫਰਕ ਕੀ ਹੈ? ਜੇਕਰ ਆਪਾਂ ਕਹਿੰਦੇ ਹਾਂ ਜੇਨ ਇਜ਼ ਇੰਟਰਸਟਿੰਗ, ਤਾਂ ਇਹਦਾ ਮਤਲਬ ਹੋ ਗਿਆ ਕਿ ਜਿਹੜੀ ਜੇਨ ਹੈ ਉਹ ਇੰਟਰਸਟਿੰਗ ਹੈ, ਦਿਲਚਸਪ ਹੈ। ਜਿਹੜੇ ਹੋਰ ਲੋਕ ਨੇ ਉਹ ਜੇਨ ਦੇ ਵਿੱਚ ਮਤਲਬ ਕਿ ਦਿਲਚਸਪੀ ਲੈਂਦੇ ਨੇ, ਹੈ ਨਾ, ਵੀ ਜੇਨ ਉਹਨਾਂ ਨੂੰ ਇੰਟਰਸਟਿੰਗ ਲੱਗਦੀ ਹੈ। ਜੇਕਰ ਆਪਾਂ ਕਹਿੰਦੇ ਹਾਂ ਜੇਨ ਇਜ਼ ਇੰਟਰਸਟਡ, ਤਾਂ ਆਪਾਂ ਕਹਿ ਰਹੇ ਹਾਂ ਕਿ ਜੇਨ ਖੁਦ ਇੰਟਰਸਟਡ ਹੈ ਕਿਸੇ ਹੋਰ ਚੀਜ਼ ਦੇ ਵਿੱਚ, ਠੀਕ ਹੈ। ਆਈ ਹੋਪ ਕਿ ਤੁਸੀਂ ਸਮਝ ਗਏ, ਬਿਲਕੁਲ ਈਜ਼ੀ ਜਿਹਾ ਕੰਮ ਹੈ। ਦੇਖੋ ਇਗਜ਼ਾਮਪਲ, ਦੇਖੋ ਆਪਣੇ ਕੋਲ ਇੱਥੇ ਇਗਜ਼ਾਮਪਲ ਇੱਕ, ਪਹਿਲੀ ਜੇਨ ਇਜ਼ ਬੋਰਡ ਬਿਕੋਜ਼ ਹਰ ਜੋਬ ਇਜ਼ ਬੋਰਿੰਗ। ਇੱਥੇ ਗੱਲ ਹੋ ਰਹੀ ਹੈ ਕਿ ਜਿਹੜੀ ਜੇਨ ਹੈ ਉਹ ਬੋਰਡ, ਜੇਨ ਹੈ ਜਿਹੜੀ ਅੱਕ ਗਈ। ਕਿਉਂ ਅੱਕ ਗਈ? ਬਿਕੋਜ਼ ਹਰ ਜੋਬ ਇਜ਼ ਬੋਰਿੰਗ, ਕਿਉਂਕਿ ਉਸਦੀ ਜਿਹੜੀ ਜੋਬ ਹੈ ਉਹ ਬੋਰਿੰਗ ਹੈ। ਕਹਿਣ ਦਾ ਮਤਲਬ ਇੱਥੇ ਹੈ ਕਿ ਜਿਹੜੀ ਜੇਨ ਹੈ ਉਹ ਆਪਣੀ ਜੋਬ ਤੋਂ ਅੱਕ ਗਈ। ਤਾਂ ਹੁਣ ਇੱਥੇ ਜੇਨ ਖੁਦ ਬੋਰ ਹੋ ਰਹੀ ਹੈ, ਜੇਨ ਬੋਰਡ, ਜੇਨ ਖੁਦ ਬੋਰ ਹੋ ਰਹੀ ਹੈ ਕਿਸ ਚੀਜ਼ ਤੋਂ? ਜੋਬ ਤੋਂ। ਤਾਂ ਉਹਦੀ ਜੋਬ ਹੈ ਜਿਹੜੀ ਉਹ ਕੀ ਹੈ? ਬੋਰਿੰਗ ਹੈ। ਮਤਲਬ ਕਿ ਜੇਨ ਦੀ ਜੋਬ ਹੈ ਜਿਹੜੀ ਉਹ ਜੇਨ ਨੂੰ ਬੋਰ ਕਰ ਰਹੀ ਹੈ, ਠੀਕ ਹੈ। ਔਰ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਜੇਨਸ ਜੋਬ ਇਜ਼ ਬੋਰਿੰਗ, ਜੇਨ ਦੀ ਜਿਹੜੀ ਜੋਬ ਹੈ ਉਹ ਬੋਰਿੰਗ ਹੈ, ਠੀਕ ਹੈ। ਇਸ ਲਈ ਸੋ ਜੇਨ ਇਜ਼ ਬੋਰਡ, ਇਸ ਲਈ ਜਿਹੜੀ ਜੇਨ ਹੈ ਆਪਣੀ ਜੋਬ ਤੋਂ ਬੋਰ ਹੋ ਰਹੀ ਹੈ। ਮਤਲਬ ਕਿ ਬੋਰ ਜਿਹੜੀ ਚੀਜ਼ ਕਰ ਰਹੀ ਹੈ ਜਿਸ ਨਾਲ ਆਈ ਐਨ ਜੀ ਲੱਗਿਆ ਹੋਇਆ, ਜੋਬ, ਜੋਬ ਬੋਰਿੰਗ ਹੈ। ਮਤਲਬ ਕਿ ਜੋਬ ਹੈ ਜਿਹੜੀ ਉਹ ਹੋਰ ਲੋਕਾਂ ਨੂੰ ਬੋਰ ਕਰ ਰਹੀ ਹੈ, ਅਤੇ ਇਸ ਸੈਂਟੈਂਸ ਦੇ ਵਿੱਚ ਉਹ ਜੇਨ ਨੂੰ ਬੋਰ ਕਰ ਰਹੀ ਹੈ। ਇਸੇ ਤਰ੍ਹਾਂ ਇਫ ਅ ਪਰਸਨ ਇਜ਼ ਬੋਰਿੰਗ, ਠੀਕ ਹੈ, ਜੇਕਰ ਇੱਕ ਪਰਸਨ ਬੋਰਿੰਗ ਹੈ, ਦਿਸ ਮੀਨਸ ਦੈਟ ਦੇ ਮੇਕਸ ਅਦਰ ਪੀਪਲ ਬੋਰਡ। ਹਾਂ, ਇਸ ਤਰ੍ਹਾਂ ਵੀ ਹੋ ਸਕਦਾ ਕਿ ਇੱਕ ਬੰਦਾ ਕਿਸੇ ਦੂਸਰੇ ਬੰਦੇ ਨੂੰ ਵੀ ਬੋਰ ਕਰ ਸਕਦਾ। ਜਿਸ ਤਰ੍ਹਾਂ ਦੇਖੋ ਆਪਾਂ ਇੱਥੇ ਕਹਿ ਰਹੇ ਹਾਂ ਜੇਨ ਆਲਵੇਜ਼ ਟਾਕਸ ਅਬਾਊਟ ਦ ਸੇਮ ਥਿੰਗਸ, ਜਿਹੜੀ ਜੇਨ ਹੈ ਉਹ ਹਮੇਸ਼ਾ ਇੱਕੇ ਪ੍ਰਕਾਰ ਦੀਆਂ ਗੱਲਾਂ ਕਰੀ ਜਾਂਦੀ ਹੈ। ਸ਼ੀ ਇਜ਼ ਰੀਅਲੀ ਬੋਰਿੰਗ, ਇਸ ਲਈ ਉਹ ਬੋਰਿੰਗ ਹੈ। ਮਤਲਬ ਕਿ ਜੇਨ ਤੋਂ ਦੂਸਰੇ ਬੰਦੇ ਬੋਰ ਹੁੰਦੇ ਨੇ, ਜੇਨ ਖੁਦ ਬੋਰਿੰਗ ਹੈ। ਦੇਖੋ ਜੇਨ ਇਜ਼ ਇੱਥੇ, ਸੋਰੀ, ਜੇਨ ਇਜ਼ ਬੋਰਿੰਗ, ਇੱਥੇ ਜੇਨ ਹੈ ਜਿਹੜੀ ਉਹ ਬੋਰਿੰਗ ਹੈ, ਵੀ ਦੂਸਰੇ ਬੰਦੇ ਜੇਨ ਤੋਂ ਬੋਰ ਹੁੰਦੇ ਨੇ, ਜੇਨ ਖੁਦ ਬੋਰਿੰਗ ਹੈ। ਜੇਕਰ ਆਪਾਂ ਕਹਿ ਦਾਂਗੇ ਜੇਨ ਇਜ਼ ਬੋਰਡ, ਤਾਂ ਇਹਦਾ ਮਤਲਬ ਹੈ ਕਿ ਜੇਨ ਖੁਦ ਬੋਰ ਹੋ ਰਹੀ ਹੈ ਕਿਸੇ ਹੋਰ ਪਰਸਨ ਤੋਂ, ਕਿਸੇ ਹੋਰ ਬੰਦੇ ਤੋਂ, ਠੀਕ ਹੈ। ਇਸ ਲਈ ਆਈ ਹੋਪ ਕਿ ਇੰਨਾ ਕੁ ਤੁਸੀਂ ਸਮਝ ਗਏ ਕਿ ਜਦੋਂ ਆਪਾਂ ਆਈ ਐਨ ਜੀ ਲਗਾਉਂਦੇ ਹਾਂ ਤਾਂ ਇਹਦਾ ਮਤਲਬ ਉਹ ਚੀਜ਼ ਹੈ ਜਿਹੜੀ ਜਿਸ ਨਾਲ ਆਈ ਐਨ ਜੀ ਲੱਗਿਆ ਉਹ ਕਿਸੇ ਹੋਰ ਚੀਜ਼ 'ਤੇ ਪ੍ਰਭਾਵ ਪਾਉਂਦੀ ਹੈ। ਜਦੋਂ ਈ ਡੀ ਲਗਾਤਾ ਇਹਦਾ ਮਤਲਬ ਉਸ ਚੀਜ਼ 'ਤੇ ਖੁਦ 'ਤੇ ਪ੍ਰਭਾਵ ਪੈ ਰਿਹਾ, ਉਹ ਕਿਸੇ 'ਚ ਹੋਰ ਚੀਜ਼ ਤੋਂ, ਜਿਸ ਤਰ੍ਹਾਂ ਇੰਟਰਸਟਡ, ਡਿਸਅਪੋਇੰਟਿੰਗ, ਹੈ ਨਾ, ਇਸੇ ਤਰ੍ਹਾਂ ਮੰਨ ਲਓ ਡਿਸਅਪੋਇੰਟਿੰਗ ਹੈ। ਜੇ ਆਪਾਂ ਲਿਖ ਦਈਏ ਜੇਨ ਇਜ਼ ਡਿਸਅਪੋਇੰਟਿੰਗ, ਤਾਂ ਆਪਾਂ ਕਹਿੰਦੇ ਜੇਨ ਨਿਰਾਸ਼ਾਜਨਕ ਹੈ, ਜੇਨ ਖੁਦ ਨਿਰਾਸ਼ਾਜਨਕ ਹੈ, ਹੋਰ ਬੰਦੇ ਉਸ ਤੋਂ ਡਿਸਅਪੋਇੰਟਡ ਹੁੰਦੇ ਨੇ। ਜੇ ਆਪਾਂ ਕਹਿ ਦਈਏ ਜੇਨ ਇਜ਼ ਡਿਸਅਪੋਇੰਟਡ, ਈਡੀ ਲਗਾ ਦਈਏ, ਫਿਰ ਇਹਦਾ ਮਤਲਬ ਜੇਨ ਖੁਦ ਡਿਸਅਪੋਇੰਟਡ ਹੈ ਕਿਸੇ ਹੋਰ ਚੀਜ਼ ਤੋਂ। ਆਈ ਹੋਪ ਕਿ ਸਮਝ ਗਏ। ਇਸ ਤਰ੍ਹਾਂ ਦੇਖੋ ਇੱਕ ਇਗਜ਼ਾਮਪਲ ਹੈ ਇੱਥੇ, ਆਪਾਂ ਨੂੰ ਇਹ ਇਗਜ਼ਾਮਪਲ ਹੈ ਜਿਹੜੀ ਆਪਣਾ ਐਕਸਰਸਾਈਜ਼ ਦੇ ਵਿੱਚ ਵੀ ਹੈ, ਫਿਰ ਵੀ ਇੱਥੇ ਦੇਖੋ ਇੱਕ ਵਾਰ ਸਮਝੋ ਕਿਸ ਤਰ੍ਹਾਂ ਆਈ ਐਨ ਜੀ ਅਤੇ ਈ ਡੀ ਦਾ ਯੂਜ਼ ਹੁੰਦਾ। ਇੱਥੇ ਆਪਾਂ ਉਹਨਾਂ ਨੇ ਕਿਹਾ ਕਲੇਅਰ ਇਜ਼ ਗੋਇੰਗ ਟੂ ਮੈਕਸੀਕੋ ਨੈਕਸਟ ਮੰਥ। ਦੇਖੋ ਧਿਆਨ ਨਾਲ ਸਮਝੋ, ਜਿਹੜੀ ਕਲੇਅਰ ਹੈ
ਉਹ ਅਗਲੇ ਮਹੀਨੇ ਕਿੱਥੇ ਜਾ ਰਹੀ ਹੈ? ਮੈਕਸੀਕੋ, ਮੈਕਸੀਕੋ ਜਾ ਰਹੀ ਹੈ। ਕੌਣ ਜਾ ਰਹੀ ਹੈ? ਕਲੇਅਰ ਜਾ ਰਹੀ ਹੈ, ਠੀਕ ਹੈ। ਅੱਗੇ ਉਸਦੇ ਬਾਰੇ ਕੀ ਲਿਖਿਆ? ਸ਼ੀ ਹੈਜ਼ ਨੈਵਰ ਬੀਨ ਦੇਅਰ ਬਿਫੋਰ। ਇਸ ਤੋਂ ਪਹਿਲਾਂ ਜਿਹੜੀ ਕਲੇਅਰ ਹੈ ਉੱਥੇ ਮੈਕਸੀਕੋ ਕਦੇ ਨਹੀਂ ਗਈ। ਤਾਂ ਇਹਨਾਂ ਨੇ ਬ੍ਰੈਕਟ ਦੇ ਵਿੱਚ ਦੇਤਾ ਐਕਸਾਈਟ। ਹੁਣ ਐਕਸਾਈਟ ਦਾ ਮਤਲਬ ਕੀ ਹੁੰਦਾ? ਉਤਸ਼ਾਹਿਤ ਹੋਣਾ। ਤਾਂ ਆਪਾਂ ਈਜ਼ਲੀ ਸਮਝ ਸਕਦੇ ਹਾਂ ਕਿ ਜੇਨ ਮੈਕਸੀਕੋ ਜਾ ਰਹੀ ਹੈ ਅਗਲੇ ਮਹੀਨੇ। ਇਸ ਤੋਂ ਪਹਿਲਾਂ ਜੇਨ ਮੈਕਸੀਕੋ ਕਦੇ ਨਹੀਂ ਜਾ ਕੇ ਆਈ, ਠੀਕ ਹੈ। ਹੁਣ ਐਕਸਾਈਟ, ਹੁਣ ਇੱਥੇ ਹੈਗੀ ਐਕਸਾਈਟ, ਉਤਸ਼ਾਹ ਹੋਣਾ। ਤੁਸੀਂ ਦੇਖੋ ਉਤਸ਼ਾਹ ਕੌਣ ਹੋਊਗਾ? ਮੈਕਸੀਕੋ ਉਤਸ਼ਾਹ ਹੋਊਗਾ ਜੇਨ ਦੇ ਜਾਣ ਨਾਲ। ਮੈਕਸੀਕੋ ਆ ਜਿਹੜਾ, ਉਹ ਤਾਂ ਇੱਕ ਨਰਜੀਵ ਹੈ, ਜਿਹੜੀਆਂ ਨਰਜੀਵ ਚੀਜ਼ਾਂ ਹੁੰਦੀਆਂ ਨੇ ਉਹ ਥੋੜ੍ਹੀ ਨਾ ਐਕਸਾਈਟ ਹੋਣਗੀਆਂ ਕਿਸੇ ਤੋਂ। ਹਾਂ, ਜੇਨ ਜਾ ਰਹੀ ਹੈ, ਜੇਨ ਜਾ ਰਹੀ ਹੈ ਮੈਕਸੀਕੋ, ਇਹਦਾ ਮਤਲਬ ਐਕਸਾਈਟ ਹੈ। ਜੋ ਕੌਣ ਹੈ? ਜੇਨ ਹੈ। ਇਹਦਾ ਮਤਲਬ ਜਿਹੜੀ ਜੇਨ ਹੈ ਉਹ ਕੀ ਹੈ? ਐਕਸਾਈਟਡ ਹੈ, ਐਕਸਾਈਟਡ। ਇਹਦਾ ਮਤਲਬ ਜੇਨ ਦੇ ਨਾਲ, ਜਿੱਥੇ ਕਲੇਅਰ, ਸੋਰੀ ਕਲੇਅਰ ਹੈ ਇੱਥੇ, ਜੇਨ ਨਹੀਂ ਕਲੇਅਰ। ਜੇਕਰ ਕਲੇਅਰ ਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਇਸ ਸੈਂਟੈਂਸ ਦੇ ਵਿੱਚ ਐਕਸਾਈਟ ਆਪਾਂ ਨੂੰ ਦਿੱਤਾ ਇਹਨਾਂ ਨੇ ਵੀ ਜਾਂ ਤਾਂ ਐਕਸਾਈਟਿੰਗ ਯੂਜ਼ ਕਰੋ ਜਾਂ ਐਕਸਾਈਟਡ। ਜੇਕਰ ਆਪਾਂ ਕਲੇਅਰ ਦੀ ਗੱਲ ਕਰਾਂਗੇ, ਐਕਸਾਈਟਡ ਕਲੇਅਰ ਹੈ, ਬਾਕੀ ਸਾਰੀਆਂ ਚੀਜ਼ਾਂ ਕੀ ਨੇ? ਜੇਕਰ ਆਪਾਂ ਗੱਲ ਕਰਾਂਗੇ ਮੈਕਸੀਕੋ ਦੀ ਤਾਂ ਉਹ ਐਕਸਾਈਟਿੰਗ ਹੋ ਸਕਦਾ ਵੀ ਮੈਕਸੀਕੋ ਐਕਸਾਈਟਿੰਗ ਹੈ, ਇਸ ਲਈ ਜੇਨ ਐਕਸਾਈਟਡ ਹੈ। ਜੇਨ ਐਕਸਾਈਟਡ ਕਿਸ ਤੋਂ ਹੈ? ਮੈਕਸੀਕੋ ਤੋਂ, ਕਿਉਂਕਿ ਮੈਕਸੀਕੋ ਜਾ ਰਹੀ ਹੈ ਪਹਿਲੀ ਵਾਰ, ਹੈ ਨਾ। ਜਾਂ ਫਿਰ ਦੇਖੋ ਅੱਗੇ ਇਹਨਾਂ ਨੇ ਤਿੰਨ ਦਿੱਤੇ ਨੇ, ਇਹਨਾਂ ਤੋਂ ਪੜ੍ਹ ਕੇ ਪਤਾ ਲੱਗੂ। ਪਹਿਲੇ ਦੇ ਵਿੱਚ ਇਹਨਾਂ ਨੇ ਦਿੱਤਾ ਏ ਦੇ ਵਿੱਚ, ਇਟ ਵਿਲ ਬੀ ਐਨ, ਇੱਥੇ ਐਕਸਾਈਟਿੰਗ ਆ ਗਿਆ, ਹੈ ਨਾ। ਇਟ ਵਿਲ ਬੀ ਐਨ, ਆਪਾਂ ਇੱਥੇ ਐਕਸਾਈਟ ਹੈ, ਇਹਨਾਂ ਨੇ ਕਿਹਾ ਜਾਂ ਤਾਂ ਐਕਸਾਈਟਡ ਭਰੋ ਜਾਂ ਐਕਸਾਈਟਿੰਗ ਭਰੋ। ਆਪਾਂ ਨੇ ਐਕਸਾਈਟਿੰਗ ਭਰਿਆ, ਕਿਉਂ? ਕਿਉਂਕਿ ਇੱਥੇ ਗੱਲ ਹੋ ਰਹੀ ਹੈ ਇਟ ਵਿਲ ਬੀ ਐਨ ਐਕਸਾਈਟਿੰਗ ਐਕਸਪੀਰੀਅੰਸ ਫਾਰ ਹਰ। ਫਾਰ ਹਰ ਮਤਲਬ ਕਿ ਜੇਨ, ਇੱਥੇ ਕਹਿ ਰਿਹਾ ਵੀ ਜੇਨ ਦੇ ਲਈ ਇਹ ਜਿਹੜਾ ਐਕਸਪੀਰੀਅੰਸ ਹੈ ਉਹ ਐਕਸਾਈਟਿੰਗ ਹੈ, ਕਿਉਂਕਿ ਇੱਥੇ ਐਕਸਪੀਰੀਅੰਸ ਦੀ ਗੱਲ ਹੋ ਰਹੀ ਹੈ। ਐਕਸਪੀਰੀਅੰਸ ਐਕਸਾਈਟਡ ਥੋੜ੍ਹੀ ਨਾ ਹੋਊਗਾ, ਜੇ ਆਪਾਂ ਐਕਸਪੀਰੀਅੰਸ ਦੇ ਨਾਲ ਐਕਸਾਈਟਡ ਲਾ ਦਈਏ ਵੀ ਜਿਹੜਾ ਐਕਸਪੀਰੀਅੰਸ ਹੈ ਉਹ ਐਕਸਾਈਟਡ ਹੈ, ਤਾਂ ਐਕਸਪੀਰੀਅੰਸ ਕਿਸ ਤੋਂ ਐਕਸਾਈਟਡ ਹੋਊਗਾ? ਜੇਨ ਹੈ ਜਿਹੜੀ ਉਹ ਖੁਦ ਐਕਸਾਈਟਡ ਹੈ, ਔਰ ਜਿਹੜਾ ਐਕਸਪੀਰੀਅੰਸ ਹੈ ਉਹ ਐਕਸਾਈਟਿੰਗ ਹੈ, ਮਤਲਬ ਜੇਨ ਹੈ ਜਿਹੜੀ ਇਸ ਐਕਸਪੀਰੀਅੰਸ ਤੋਂ ਐਕਸਾਈਟਡ ਹੈ, ਠੀਕ ਹੈ। ਤਾਂ ਕਰਕੇ ਇੱਥੇ ਐਕਸਾਈਟਿੰਗ ਆਇਆ ਵੀ ਇਹ ਐਕਸਾਈਟਿੰਗ ਐਕਸਪੀਰੀਅੰਸ ਹੈ ਜੇਨ ਦੇ ਲਈ। ਅਗਲਾ ਬੀ ਦੇ ਵਿੱਚ ਦੇਖੋ, ਗੋਇੰਗ ਟੂ ਨਿਊ ਪਲੇਸ ਇਜ਼ ਆਲਵੇਜ਼ ਐਕਸਾਈਟਿੰਗ। ਇਹ ਵੀ ਬਿਲਕੁਲ ਠੀਕ ਹੈ ਵੀ ਨਵੀਂ ਜਗ੍ਹਾ 'ਤੇ ਜਦੋਂ ਆਪਾਂ ਜਾਂਦੇ ਹਾਂ ਉਹ ਜਿਹੜੀ ਚੀਜ਼ ਹੈ ਉਹ ਐਕਸਾਈਟਿੰਗ ਹੁੰਦੀ ਹੈ, ਠੀਕ ਹੈ। ਇੱਥੇ ਵੀ ਜੇਨ ਦੀ ਗੱਲ ਨਹੀਂ ਆ ਰਹੀ, ਇੱਥੇ ਨਵੀਂ ਜਗ੍ਹਾ ਦੀ ਗੱਲ ਆ ਰਹੀ ਹੈ, ਮੈਕਸੀਕੋ ਦੀ। ਮੈਕਸੀਕੋ ਜਾ ਰਹੀ ਹੈ, ਇਹਦਾ ਮਤਲਬ ਐਕਸਾਈਟਿੰਗ ਮੈਕਸੀਕੋ ਹੈ, ਐਕਸਾਈਟਡ ਜੇ ਕਲੇਅਰ ਹੈ। ਥੋੜ੍ਹੀ ਮੈਂ ਵਾਰ ਵਾਰ ਕਹੀ ਜਾਂਦਾ, ਜੇਨ ਕਹੀ ਜਾਂਦਾ, ਤੁਸੀਂ ਕਲੇਅਰ ਚਲੋ ਅਬਦੁਲੋ ਮੰਨ ਲਿਓ। ਤਾਂ ਜਿਹੜੀ ਐਕਸਾਈਟਡ ਹੈ ਉਹ ਕਲੇਅਰ ਹੈ, ਤਾਂ ਗੋਇੰਗ ਟੂ ਨਿਊ ਪਲੇਸ ਇਜ਼ ਆਲਵੇਜ਼ ਐਕਸਾਈਟਿੰਗ। ਬਟ ਅਗਲਾ ਸੀ ਦੇਖੋ, ਇੱਥੇ ਸ਼ੀ ਇਜ਼ ਰੀਅਲੀ, ਇੱਥੇ ਸ਼ੀ ਮਤਲਬ ਕਿ ਕਲੇਅਰ ਦੀ ਗੱਲ ਹੋ ਰਹੀ ਹੈ। ਹੁਣ ਦੇਖੋ ਇੱਥੇ ਹੋ ਰਿਹਾ ਸ਼ੀ ਇਜ਼ ਰੀਅਲੀ, ਤਾਂ ਇੱਥੇ ਆਪਾਂ ਜਦੋਂ ਐਕਸਾਈਟ ਲੈ ਕੇ ਆਵਾਂਗੇ ਉਸ ਨੂੰ ਆਪਾਂ ਐਕਸਾਈਟਿੰਗ ਨਹੀਂ ਲਿਖਾਂਗੇ, ਤਾਂ ਆਪਾਂ ਲਿਖਾਂਗੇ ਐਕਸਾਈਟਡ। ਸ਼ੀ ਇਜ਼ ਰੀਅਲੀ ਐਕਸਾਈਟਡ, ਕਿਉਂਕਿ ਐਕਸਾਈਟਡ ਕਲੇਅਰ ਐਕਸਾਈਟਡ ਹੈ, ਠੀਕ ਹੈ। ਤਾਂ ਕਰਕੇ ਸ਼ੀ ਇਜ਼ ਰੀਅਲੀ ਐਕਸਾਈਟਡ ਅਬਾਊਟ ਗੋਇੰਗ ਟੂ ਮੈਕਸੀਕੋ। ਮੈਕਸੀਕੋ ਜਾਣ ਦੇ ਬਾਰੇ ਜਿਹੜੀ ਆਪਣੀ ਕਲੇਅਰ ਹੈ ਉਹ ਬਹੁਤ ਜ਼ਿਆਦਾ ਐਕਸਾਈਟਡ ਹੈ, ਸ਼ੀ ਇਜ਼ ਰੀਅਲੀ ਐਕਸਾਈਟਡ। ਤਾਂ ਇੱਥੇ ਐਕਸਾਈਟਡ ਆ ਗਿਆ। ਆਈ ਹੋਪ ਕਿ ਚਲੋ ਕੁਝ ਕੁਝ ਤੁਹਾਡੇ ਸਮਝ ਪੈ ਰਿਹਾ ਹੈ। ਆਪਾਂ ਪਹਿਲਾਂ ਵੀ ਉੱਪਰ ਗੱਲ ਕੀਤੀ ਹੈ, ਸਾਰੀ ਬਿਲਕੁਲ ਆਸਾਨ ਜਿਹੀਆਂ ਚੀਜ਼ਾਂ ਨੇ, ਕੋਈ ਜ਼ਿਆਦਾ ਇਹਦੇ ਵਿੱਚ ਔਖੀ ਗੱਲ ਨਹੀਂ ਹੈਗੀ। ਅਗਲੀ ਇਗਜ਼ਾਮਪਲ ਦੇਖੋ, ਇੱਕ ਇਗਜ਼ਾਮਪਲ ਹੈ, ਆਪਾਂ ਦੋ ਤਰ੍ਹਾਂ ਨਾਲ ਲਿਖੀ ਹੈ। ਪਹਿਲਾਂ ਉੱਪਰਲੀ ਇਗਜ਼ਾਮਪਲ ਦੇ ਵਿੱਚ ਲਿਖਿਆ ਯੂ ਵਰਕ ਵੈਰੀ ਹਾਰਡ, ਮਤਲਬ ਕੋਈ ਬੰਦਾ ਕਹਿ ਰਿਹਾ, ਕਿਸੇ ਨੂੰ ਕਹਿ ਰਿਹਾ, ਹੈ ਨਾ। ਕਹਿੰਦਾ ਯੂ ਵਰਕ ਵੈਰੀ ਹਾਰਡ, ਤੁਸੀਂ ਬਹੁਤ ਹਾਰਡ ਵਰਕ ਕਰਦੇ ਹੋ। ਇਟ ਇਜ਼ ਨੋਟ ਸਰਪ੍ਰਾਈਜ਼ਿੰਗ, ਇਹ ਜਿਹੜੀ ਚੀਜ਼ ਹੈ, ਮਤਲਬ ਕਿਹੜੀ ਚੀਜ਼? ਵਰਕ ਹਾਰਡ ਦੀ ਗੱਲ ਹੋ ਰਹੀ ਹੈ, ਹਾਰਡ ਵਰਕ ਦੀ ਗੱਲ ਹੋ ਰਹੀ ਹੈ, ਵੀ ਇਹ ਚੀਜ਼ ਐਕਸਾਈਟਿੰਗ ਨਹੀਂ, ਇਹ ਚੀਜ਼ ਹੈ ਜਿਹੜੀ ਸਰਪ੍ਰਾਈਜ਼ਿੰਗ ਨਹੀਂ ਹੈਗੀ। ਦੈਟ ਯੂ ਆਰ ਆਲਵੇਜ਼ ਟਾਇਰਡ, ਵੀ ਤੁਸੀਂ ਹਮੇਸ਼ਾ ਥੱਕ ਜਾਂਦੇ ਹੋ।
ਤੁਸੀਂ ਹਮੇਸ਼ਾ ਥੱਕ ਜਾਂਦੇ ਹੋ। ਇਹ ਜਿਹੜੀ ਤੁਹਾਡੇ ਥੱਕਣ ਦੀ ਗੱਲ ਹੈ, ਠੀਕ ਹੈ, ਇਹ ਕੋਈ ਜ਼ਿਆਦਾ ਸਰਪ੍ਰਾਈਜ਼ਿੰਗ ਨਹੀਂ ਹੈਗੀ। ਇੱਥੇ ਮਤਲਬ ਗੱਲ ਹੋ ਰਹੀ ਹੈ ਇਟ ਇਜ਼ ਨੋਟ ਸਰਪ੍ਰਾਈਜ਼ਿੰਗ, ਗੱਲ ਦੀ ਉਹ ਮਤਲਬ ਥੱਕਣ ਦੀ ਗੱਲ ਹੈ ਜਿਹੜੀ ਉਸ ਦੀ ਹੋ ਰਹੀ ਹੈ, ਇੱਥੇ ਸਰਪ੍ਰਾਈਜ਼ਿੰਗ ਉਸ ਦੇ ਲਈ ਆ ਗਿਆ। ਬਟ ਜੇਕਰ ਆਪਾਂ ਕਹੀਏ ਆਈ ਵਰਕ ਵੈਰੀ ਹਾਰਡ, ਆਪਾਂ ਖੁਦ ਕਹੀਏ ਵੀ ਮੈਂ ਬਹੁਤ ਹਾਰਡ ਵਰਕ ਕਰਦਾ, ਆਈ ਐਮ ਨੋਟ ਸਰਪ੍ਰਾਈਜ਼ਡ। ਹੁਣ ਇੱਥੇ ਆਪਾਂ ਆਪਣੇ ਬਾਰੇ ਕਹਿ ਰਹੇ ਹਾਂ ਕਿ ਮੈਂ ਸਰਪ੍ਰਾਈਜ਼ਡ ਨਹੀਂ ਹੈਗਾ, ਮੈਂ ਸਰਪ੍ਰਾਈਜ਼ਡ ਨਹੀਂ ਹੈਗਾ ਕਿਸ ਚੀਜ਼ ਤੋਂ, ਦੈਟ ਆਈ ਐਮ ਆਲਵੇਜ਼ ਟਾਇਰਡ, ਕਿ ਮੈਂ ਹਮੇਸ਼ਾ ਥੱਕ ਜਾਂਦਾ। ਮਤਲਬ ਮੈਂ ਸਰਪ੍ਰਾਈਜ਼ਡ ਨਹੀਂ ਹੈਗਾ ਇਸ ਚੀਜ਼ ਤੋਂ ਕਿ ਮੈਂ ਹਮੇਸ਼ਾ ਥੱਕ ਜਾਂਦਾ, ਤਾਂ ਕਰਕੇ ਇੱਥੇ ਸਰਪ੍ਰਾਈਜ਼ਡ ਲੱਗਿਆ। ਅੱਗੇ ਕੰਪੇਅਰ ਦੇਖੋ, ਇੱਕ ਆਪਾਂ ਨੂੰ ਇੱਥੇ ਐਗਜ਼ਾਮਪਲ ਕੰਪੇਅਰ ਦਿੱਤਾ ਹੋਇਆ। ਪਹਿਲੇ ਦੇ ਵਿੱਚ ਕੀ ਲਿਖਿਆ ਦੇਖੋ, ਇਟ ਵਾਜ਼ ਸਰਪ੍ਰਾਈਜ਼ਿੰਗ, ਠੀਕ ਹੈ, ਇਟ ਵਾਜ਼ ਸਰਪ੍ਰਾਈਜ਼ਿੰਗ, ਆਈ ਐਨ ਜੀ ਆ ਗਿਆ, ਇਟ ਵਾਜ਼ ਸਰਪ੍ਰਾਈਜ਼ਿੰਗ ਦੈਟ ਹੀ ਪਾਸਡ ਦ ਐਗਜ਼ਾਮ। ਕਹਿੰਦਾ ਜਿਹੜੀ ਇਹ ਗੱਲ ਹੈ ਇਟ, ਇਟ ਮਤਲਬ ਕਿ ਕਿਹੜੀ ਗੱਲ, ਪਾਸ ਹੋਣ ਦੀ, ਵੀ ਉਹ ਐਗਜ਼ਾਮ ਦੇ ਵਿੱਚ ਪਾਸ ਹੋ ਗਿਆ, ਠੀਕ ਹੈ। ਇਟ ਵਾਜ਼ ਸਰਪ੍ਰਾਈਜ਼ਿੰਗ, ਜਿਹੜੀ ਇਹ ਗੱਲ ਹੈ ਪਾਸ ਹੋਣ ਦੀ, ਇਹ ਬਹੁਤ ਜ਼ਿਆਦਾ ਸਰਪ੍ਰਾਈਜ਼ਿੰਗ ਹੈ ਦੈਟ ਹੀ ਪਾਸਡ ਦਾ ਐਗਜ਼ਾਮ, ਕਿ ਉਹ ਐਗਜ਼ਾਮ ਪਾਸ ਕਰ ਗਿਆ। ਹੁਣ ਸਰਪ੍ਰਾਈਜ਼ਿੰਗ ਹੈ, ਇਹ ਗੱਲ ਸਰਪ੍ਰਾਈਜ਼ਿੰਗ ਹੈ, ਕਿਹਦੇ ਲਈ ਸਰਪ੍ਰਾਈਜ਼ਿੰਗ ਹੋਊਗੀ, ਕਿਸੇ ਦੂਸਰੇ ਇਨਸਾਨਾਂ ਲਈ ਸਰਪ੍ਰਾਈਜ਼ਿੰਗ ਹੋਊਗੀ। ਸਰਪ੍ਰਾਈਜ਼ ਕੌਣ ਹੋਣਗੇ, ਕੋਈ ਕਾਪੀ ਕਿਤਾਬ ਪੈੱਨ ਤਾਂ ਸਰਪ੍ਰਾਈਜ਼ ਨਹੀਂ ਹੋਣਗੇ, ਬੰਦੇ ਹੀ ਸਰਪ੍ਰਾਈਜ਼ ਹੋਣਗੇ। ਇਹਦਾ ਮਤਲਬ ਜਿਹੜੀ ਇਹ ਗੱਲ ਹੈ ਇਹ ਸਰਪ੍ਰਾਈਜ਼ਿੰਗ ਹੈ, ਔਰ ਇਸ ਗੱਲ ਤੋਂ ਜਿਹੜੇ ਬੰਦੇ ਹੈਰਾਨ ਹੋਣਗੇ ਉਹਨਾਂ ਨਾਲ ਸਰਪ੍ਰਾਈਜ਼ਡ ਆਪਾਂ ਲਗਾਵਾਂਗੇ। ਜਿਸ ਤਰ੍ਹਾਂ ਦੇਖੋ, ਐਵਰੀਬਡੀ ਵਾਜ਼ ਸਰਪ੍ਰਾਈਜ਼ਡ, ਦੇਖੋ ਸਾਰੇ ਹੀ ਸਰਪ੍ਰਾਈਜ਼ਡ ਸੀਗੇ, ਹੈਰਾਨ ਸੀਗੇ ਦੈਟ ਹੀ ਪਾਸਡ ਦ ਐਗਜ਼ਾਮ, ਕਿ ਉਹ ਐਗਜ਼ਾਮ ਪਾਸ ਕਰ ਗਿਆ। ਤਾਂ ਇੱਥੇ ਆਪਾਂ ਆਈਡੀਆ ਜਿਹੜਾ ਉਹ ਆਪਾਂ ਲਗਾਇਆ। ਆਈ ਹੋਪ ਕਿ ਇੱਕ ਵਾਰੀ ਸਮਝ ਗਏ, ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਉਸੇ ਤਰ੍ਹਾਂ ਤੁਸੀਂ ਦੇਖਣਾ, ਠੀਕ ਹੈ। ਜੇ ਨਾਲ ਜੋ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਬਿਲਕੁਲ ਈਜ਼ੀ ਹੈ, ਇਸੇ ਤਰ੍ਹਾਂ ਜਦੋਂ ਇਸ ਦੇ ਆਪਾਂ ਐਕਸਰਸਾਈਜ਼ ਕਰਾਂਗੇ ਉਸ ਦੇ ਵਿੱਚ ਵੀ ਤੁਸੀਂ ਨੇ ਧਿਆਨ ਰੱਖਣਾ ਵੀ ਇੱਕ ਸੈਂਟੈਂਸ ਦੇ ਵਿੱਚ ਮੰਨ ਲਓ ਸਰਪ੍ਰਾਈਜ਼ ਆ ਗਈ, ਆਪਣੀ ਐਡਜੈਕਟਿਵ ਆ ਗਿਆ ਸਰਪ੍ਰਾਈਜ਼, ਤਾਂ ਸਰਪ੍ਰਾਈਜ਼ ਹੋ ਕੌਣ ਰਿਹਾ ਔਰ ਕਿਸ ਦੇ ਕਾਰਨ ਹੋ ਰਿਹਾ, ਜਾਂ ਬੋਰ ਆ ਗਿਆ, ਬੋਰ ਕੌਣ ਹੋ ਰਿਹਾ ਔਰ ਬੋਰਿੰਗ ਕੌਣ ਹੈ, ਵੀ ਕਿਸ ਦੇ ਕਾਰਨ ਬੋਰ ਹੋ ਰਿਹਾ, ਇਹ ਸਾਰੀਆਂ ਚੀਜ਼ਾਂ ਤੁਸੀਂ ਨੇ ਧਿਆਨ ਰੱਖਣੀਆਂ ਨੇ। ਐਂਡ ਅੱਗੇ ਹੁਣ ਆਪਣੀ ਇਸ ਯੂਨਿਟ ਦੀ ਫਸਟ ਜਿਹੜੀ ਆਪਣੀ ਐਕਸਰਸਾਈਜ਼ ਆ ਦੇਖੋ ਉਹ ਆਪਾਂ ਕਰਦੇ ਹਾਂ। ਬਿਲਕੁਲ ਤੁਸੀਂ ਨੇ ਕਰਨਾ ਕੀ ਹੈ, ਸੈਂਟੈਂਸ ਨੂੰ ਪੜ੍ਹਨਾ, ਜਿਹੜੇ ਆਪਾਂ ਰੂਲਸ ਕੀਤੇ ਨੇ ਤੁਹਾਨੂੰ ਮੈਂ ਸਮਝਾਇਆ ਕਿ ਆਈ ਐਨ ਜੀ ਕਦੋਂ ਲਗਾਉਂਦੇ ਹਾਂ, ਈ ਡੀ ਕਦੋਂ ਲਗਾਉਂਦੇ ਹਾਂ, ਸਿਰਫ ਉਸੇ ਹਿਸਾਬ ਨਾਲ ਕੰਮ ਚੱਲੂਗਾ। ਬਿਲਕੁਲ ਈਜ਼ਲੀ ਤੁਹਾਨੂੰ ਪਤਾ ਚੱਲ ਜਾਏਗਾ ਜਦੋਂ ਆਪਾਂ ਸੈਂਟੈਂਸ ਪੜ੍ਹਾਂਗੇ। ਇਹਨਾਂ ਨੇ ਆਪਾਂ ਨੂੰ ਕੀ ਕਿਹਾ, ਕੰਪਲੀਟ ਦਾ ਸੈਂਟੈਂਸਿਸ ਫੋਰ ਈਚ ਸਿਚੁਏਸ਼ਨ, ਯੂਜ਼ ਦਾ ਵਰਡ ਇਨ ਬ੍ਰੈਕਿਟ ਪਲੱਸ ਆਈ ਐਨ ਜੀ ਔਰ ਈ ਡੀ। ਕਰਨਾ ਕੀ ਹੈ ਦੇਖੋ, ਇਹਨਾਂ ਨੇ ਪਹਿਲਾਂ ਉੱਪਰ ਪੂਰਾ ਇੱਕ ਸੈਂਟੈਂਸ ਆਪਾਂ ਨੂੰ ਸਿਚੁਏਸ਼ਨ ਦੇ ਤੀ, ਠੀਕ ਹੈ, ਇਸੇ ਤਰ੍ਹਾਂ ਅਗਲੇ ਸੈਕਿੰਡ ਦੇ ਵਿੱਚ ਵੀ ਪੂਰੀ ਸਿਚੁਏਸ਼ਨ ਦੇ ਤੀ, ਔਰ ਇਸ ਦੇ ਐਂਡ 'ਤੇ ਸਾਰਿਆਂ ਦੇ ਐਂਡ 'ਤੇ ਆਪਾਂ ਨੂੰ ਇੱਕ ਇੱਕ ਇਹਨਾਂ ਨੇ ਅਬਜੈਕਟਿਵ ਦਿੱਤਾ, ਜਿਸ ਤਰ੍ਹਾਂ ਇਹਦੇ ਐਂਡ 'ਤੇ ਡਿਸਅਪੁਆਇੰਟ ਦਿੱਤਾ, ਇਹਦੇ ਐਂਡ 'ਤੇ ਐਗਜ਼ੌਸਟ ਦਿੱਤਾ, ਇਹਦੇ ਐਂਡ 'ਤੇ ਡਿਪਰੈਸ ਦਿੱਤਾ, ਇਹਦੇ ਐਂਡ 'ਤੇ ਐਕਸਾਈਟ ਦਿੱਤਾ। ਆਪਾਂ ਨੇ ਕਰਨਾ ਕੀ ਹੈ, ਜਿਸ ਤਰ੍ਹਾਂ ਫਸਟ ਸੈਂਟੈਂਸ ਪੜ੍ਹਨਾ ਪੂਰੀ ਸਿਚੁਏਸ਼ਨ ਆਪਾਂ ਨੇ ਪੜ੍ਹ ਲੈਣੀ ਹੈ, ਇਹਨਾਂ ਨੇ ਕਹਿਤਾ ਡਿਸਅਪੁਆਇੰਟ, ਠੀਕ ਹੈ। ਆਪਾਂ ਨੇ ਇੱਥੇ ਦੇਖਣਾ ਦੋ ਸੈਂਟੈਂਸ ਨੇ ਏ ਅਤੇ ਬੀ, ਕਿ ਕਿਹੜੇ ਵਿੱਚ ਆਈ ਐਨ ਜੀ ਨਾਲ ਲਗਾਵਾਂਗੇ ਆਪਾਂ ਡਿਸਅਪੁਆਇੰਟਿੰਗ ਲਗਾਵਾਂਗੇ, ਜਾਂ ਫਿਰ ਕਿਸ ਦੇ ਵਿੱਚ ਡਿਸਅਪੁਆਇੰਟਡ ਲਗਾਵਾਂਗੇ ਈ ਡੀ ਦੇ ਨਾਲ, ਠੀਕ ਹੈ, ਜਾਂ ਫਿਰ ਦੋਵਾਂ ਦੇ ਵਿੱਚ ਆਈ ਐਨ ਜੀ ਆਏਗਾ ਉਹ ਸਿਚੁਏਸ਼ਨ ਦੇ ਮੁਤਾਬਕ, ਠੀਕ ਹੈ। ਦੇਖੋ ਜਿਸ ਤਰ੍ਹਾਂ ਆਪਾਂ ਫਸਟ ਵਾਲਾ ਪੜ੍ਹਿਆ, ਫਸਟ ਵਾਲੇ ਦੇ ਵਿੱਚ ਹੈ ਦ ਮੂਵੀ ਵਾਜ਼ ਨੋਟ ਐਜ਼ ਗੁੱਡ ਐਜ਼ ਵੀ ਹੈਡ ਐਕਸਪੈਕਟਡ। ਕਹਿੰਦਾ ਜਿੰਨੀ ਸਾਨੂੰ ਉਮੀਦ ਸੀ, ਅਸੀਂ ਐਕਸਪੈਕਟ ਕੀਤਾ ਸੀ, ਜਿਹੜੀ ਫਿਲਮ ਹੈ ਉਨੀ ਵਧੀਆ ਨਹੀਂ ਸੀ, ਔਰ ਇਹਨਾਂ ਨੇ ਐਂਡ 'ਤੇ ਦਿੱਤਾ ਡਿਸਅਪੁਆਇੰਟ। ਡਿਸਅਪੁਆਇੰਟ ਦਾ ਮਤਲਬ ਕੀ ਹੁੰਦਾ, ਨਿਰਾਸ਼, ਨਿਰਾਸ਼ਾਜਨਕ। ਹੁਣ ਤੁਸੀਂ ਇਹ ਦੱਸੋ, ਇੱਥੇ ਗੱਲ ਹੋ ਰਹੀ ਹੈ ਮੂਵੀ ਦੀ, ਕਿ ਜਿੰਨੀ ਅਸੀਂ ਸੋਚਿਆ ਸੀ ਉਨੀ ਵਧੀਆ ਮੂਵੀ ਹੈ ਜਿਹੜੀ ਇਹ ਨਹੀਂ ਸੀ।
ਹੁਣ ਇੱਥੇ ਆਪਾਂ ਕੀ ਦੇਖਾਂਗੇ ਕਿ ਜਿਹੜੀ ਨਿਰਾਸ਼ ਹੈ ਮੂਵੀ ਸਾਡੇ ਤੋਂ ਨਿਰਾਸ਼ ਹੋਊਗੀ ਜਾਂ ਫਿਰ ਅਸੀਂ ਮੂਵੀ ਤੋਂ ਨਿਰਾਸ਼ ਹੋਵਾਂਗੇ। ਸਿੰਪਲ ਜੀ ਗੱਲ ਹੈ, ਅਸੀਂ ਮੂਵੀ ਤੋਂ ਨਿਰਾਸ਼ ਹੋਵਾਂਗੇ ਔਰ ਜਿਹੜੀ ਮੂਵੀ ਹੈ ਉਹ ਨਿਰਾਸ਼ਾਜਨਕ ਹੋਏਗੀ। ਮਤਲਬ ਕਿ ਜਿੱਥੇ ਮੂਵੀ ਦੀ ਗੱਲ ਆਏਗੀ, ਮੂਵੀ ਡਿਸਅਪੁਆਇੰਟਿੰਗ ਹੈ, ਆਪਾਂ ਡਿਸਅਪੁਆਇੰਟਡ ਹਾਂ। ਜਿਸ ਤਰ੍ਹਾਂ ਦੇਖੋ ਇਹਨਾਂ ਨੇ ਕਿਹਾ ਦ ਮੂਵੀ ਵਾਜ਼, ਜਿਹੜੀ ਮੂਵੀ ਕੀ ਸੀ, ਡਿਸਅਪੁਆਇੰਟਿੰਗ ਸੀ। ਬਿਲਕੁਲ ਈਜ਼ੀ ਹੈ, ਡਿਸਅਪੁਆਇੰਟਿੰਗ ਜਿਹੜੀ ਮੂਵੀ ਹੈ ਨਿਰਾਸ਼ਾਜਨਕ ਸੀ, ਡਿਸਅਪੁਆਇੰਟਡ। ਅੱਗੇ ਵੀ ਵਰ, ਅਸੀਂ ਕੀ ਸੀਗੇ, ਡਿਸਅਪੁਆਇੰਟਡ। ਠੀਕ ਹੈ, ਆਈ ਹੋਪ ਕਿ ਇਹ ਤੁਹਾਡੇ ਸਮਝ ਆ ਗਿਆ ਹੋਵੇਗਾ। ਬਿਲਕੁਲ ਹੀ ਈਜ਼ੀ ਹੈ, ਅਸੀਂ ਡਿਸਅਪੁਆਇੰਟਡ ਵਿਦ ਦਾ ਮੂਵੀ, ਅਸੀਂ ਮੂਵੀ ਤੋਂ ਡਿਸਅਪੁਆਇੰਟਡ ਹੋ ਗਏ। ਜਿਸ ਤਰ੍ਹਾਂ ਜੋਬ ਵਾਲੀ ਸੀ, ਹੈ ਨਾ, ਜੋਬ ਇਜ਼ ਬੋਰਿੰਗ, ਹੈ ਨਾ, ਜੇਨ ਇਜ਼ ਬੋਰਡ, ਉਸੇ ਤਰ੍ਹਾਂ ਬਿਲਕੁਲ ਈਜ਼ੀ ਹੈ। ਇਸ ਤਰ੍ਹਾਂ ਸੈਕਿੰਡ ਦੇਖੋ, ਸੈਕਿੰਡ ਦੇ ਵਿੱਚ ਪਹਿਲਾਂ ਸਿਚੁਏਸ਼ਨ ਪੜ੍ਹਨੀ ਹੈ, ਉਸ ਤੋਂ ਤੁਹਾਨੂੰ ਆਰਾਮ ਨਾਲ ਸਮਝ ਆਏਗਾ। ਇਹ ਕਹਿ ਰਿਹਾ ਡੋਨਾ, ਡੋਨਾ ਨਾਮ ਹੈ ਕਿਸੇ ਦਾ, ਠੀਕ ਹੈ, ਡੋਨਾ ਟੀਚਸ ਯੰਗ ਚਿਲਡਰਨ, ਜਿਹੜੀ ਡੋਨ ਹੈ ਉਹ ਯੰਗ ਚਿਲਡਰਨ ਨੂੰ ਟੀਚ ਕਰਦੀ ਹੈ, ਪੜ੍ਹਾਉਂਦੀ ਹੈ। ਇਟਸ ਅ ਵੈਰੀ ਹਾਰਡ ਜੋਬ, ਇਟਸ ਮਤਲਬ ਕਿ ਜਿਹੜਾ ਇਹ ਪੜ੍ਹਾਉਣ ਦਾ ਉਸਦਾ ਕੰਮ ਹੈ, ਉਸਦੀ ਜੋਬ। ਇਟਸ ਅ ਵੈਰੀ ਹਾਰਡ ਜੋਬ, ਜਿਹੜੀ ਉਸਦੀ ਇਹ ਜੋਬ ਹੈ ਬਹੁਤ ਜ਼ਿਆਦਾ ਹਾਰਡ ਹੈ ਡੋਨਾ ਦੀ। ਬਟ ਪਰੰਤੂ ਸ਼ੀ ਇੰਜੋਏਜ਼ ਇਟ, ਇੰਜੋਏਜ਼ ਇਟ ਮਤਲਬ ਕਿ ਜੋਬ, ਪਰ ਫਿਰ ਵੀ ਆਪਣੀ ਜੋਬ ਨੂੰ ਉਹ ਇੰਜੋਏ ਕਰ ਰਹੀ ਹੈ। ਕਹਿਣ ਦਾ ਮਤਲਬ ਆਪਾਂ ਨੇ ਕੀ ਪੜ੍ਹਿਆ ਕਿ ਡੋਨਾ ਜਿਹੜੀ ਯੰਗ ਚਿਲਡਰਨ ਨੂੰ ਪੜ੍ਹਾ ਰਹੀ ਹੈ, ਇਹ ਜਿਹੜੀ ਉਸਦੀ ਜੋਬ ਹੈ, ਪੜ੍ਹਾਉਣ ਦਾ ਕੰਮ ਹੈ, ਬਹੁਤ ਜ਼ਿਆਦਾ ਹਾਰਡ ਹੈ, ਪਰ ਫਿਰ ਵੀ ਉਹ ਇਸਨੂੰ ਇੰਜੋਏ ਕਰ ਰਹੀ ਹੈ। ਔਰ ਐਂਡ 'ਤੇ ਆ ਗਿਆ ਐਗਜ਼ੌਸਟ, ਐਗਜ਼ੌਸਟ ਦਾ ਮਤਲਬ ਹੁੰਦਾ ਹੈ ਥਕਾਊ। ਜੇਕਰ ਆਪਾਂ ਐਗਜ਼ੌਸਟਿੰਗ ਲਗਾਵਾਂਗੇ ਮਤਲਬ ਕਿ ਥਕਾਊ, ਹੈ ਨਾ, ਜੇ ਆਪਾਂ ਐਗਜ਼ੌਸਟਡ ਲਗਾਵਾਂਗੇ ਤਾਂ ਥੱਕਿਆ ਹੋਇਆ ਮਤਲਬ। ਹੁਣ ਇਸ ਕੰਮ ਦੇ ਵਿੱਚ ਦੇਖੋ, ਜਿਹੜੀ ਜੋਬ ਹੈ, ਜਿਹੜੀ ਜੋਬ ਹੈ ਉਹ ਥੱਕੂਗੀ ਡੋਨਾ ਤੋਂ ਜਾਂ ਫਿਰ ਡੋਨਾ ਜੋਬ ਤੋਂ ਥੱਕੂਗੀ। ਬਿਲਕੁਲ ਸਿੰਪਲ ਜਿਹਾ ਸਵਾਲ ਹੈ ਨਾ। ਹੁਣ ਜੋਬ ਹੈ ਜਿਹੜੀ, ਜੋਬ ਡੋਨਾ ਤੋਂ ਥੋੜ੍ਹੀ ਥੱਕੂਗੀ ਵੀ ਜੋਬ ਕਹੂਗੀ ਮੈਂ ਤਾਂ ਡੋਨਾ ਤੋਂ ਅੱਕਗੀ ਥੱਕਗੀ। ਹਾਂ, ਡੋਨਾ ਜਿਹੜੀ ਉਹ ਆਪਣੀ ਜੋਬ ਤੋਂ ਥੱਕ ਸਕਦੀ ਹੈ। ਬਿਲਕੁਲ ਈਜ਼ੀ ਜਿਹਾ ਕੰਮ ਹੈ ਨਾ। ਦੇਖੋ ਹੁਣ ਆਪਾਂ ਪੜ੍ਹਾਂਗੇ ਸਿਚੁਏਸ਼ਨ, ਇਸ ਦੇ ਵਿੱਚ ਕਹਿ ਰਿਹਾ ਏ ਦੇ ਵਿੱਚ ਸ਼ੀ ਇੰਜੋਏਜ਼ ਹਰ ਜੋਬ। ਪਹਿਲੇ 'ਚ ਇਹਨਾਂ ਨੇ ਕਿਹਾ ਸ਼ੀ ਇੰਜੋਏਜ਼ ਹਰ ਜੋਬ, ਉਹ ਆਪਣੀ ਜੋਬ ਹੈ ਜਿਹੜੀ ਉਹ ਇੰਜੋਏ ਕਰਦੀ ਹੈ ਡੋਨਾ। ਬਟ ਪਰੰਤੂ ਇਟ ਇਜ਼ ਔਫਨ, ਪਰ ਇਹ ਅਕਸਰ ਕੀ ਹੁੰਦੀ ਹੈ, ਇਟ ਇਜ਼ ਮਤਲਬ ਕਿ ਜੋਬ ਦੀ ਗੱਲ ਹੋ ਰਹੀ ਹੈ, ਇਹ ਜੋਬ ਦੀ, ਵੀ ਡੋਨਾ ਆਪਣੀ ਜੋਬ ਨੂੰ ਇੰਜੋਏ ਤਾਂ ਕਰਦੀ ਹੈ, ਪਰ ਇਟ ਇਜ਼ ਔਫਨ, ਪਰ ਅਕਸਰ ਇਹ ਕੀ ਹੁੰਦੀ ਹੈ, ਮਤਲਬ ਕਿ ਉਸਦੀ ਜੋਬ, ਅਕਸਰ ਉਸਦੀ ਜੋਬ ਕੀ ਹੁੰਦੀ ਹੈ, ਐਗਜ਼ੌਸਟਿੰਗ, ਥਕਾਊ ਹੁੰਦੀ ਹੈ। ਤਾਂ ਕਰਕੇ ਇੱਥੇ ਆਪਾਂ ਐਗਜ਼ੌਸਟਿੰਗ, ਬਿਲਕੁਲ ਈਜ਼ੀ ਹੈ, ਇੱਥੇ ਜੋਬ ਦੀ ਗੱਲ ਹੋ ਰਹੀ ਹੈ ਵੀ ਜੋਬ ਉਸਦੀ ਥਕਾਊ ਹੈ। ਬਟ ਅਗਲੇ ਦੇ ਵਿੱਚ ਦੇਖੋ ਬੀ ਦੇ ਵਿੱਚ ਐਟ ਦਾ ਐਂਡ ਆਫ ਅ ਡੇਜ਼ ਵਰਕ, ਵੀ ਐਟ ਦਾ ਐਂਡ ਆਫ ਡੇਜ਼ ਵਰਕ, ਜਦੋਂ ਪੂਰਾ ਦਿਨ ਕੰਮ ਕਰ ਲੈਂਦੀ ਹੈ ਬਿਲਕੁਲ ਦਿਨ ਦੇ ਐਂਡ 'ਤੇ ਤਾਂ ਕੀ ਹੁੰਦਾ, ਸ਼ੀ ਇਜ਼ ਔਫਨ, ਤਾਂ ਸ਼ੀ ਇਜ਼ ਮਤਲਬ ਕਿ ਡੋਨਾ, ਤਾਂ ਡੋਨਾ ਅਕਸਰ ਕੀ ਹੋ ਜਾਂਦੀ ਹੈ, ਤਾਂ ਇੱਥੇ ਐਗਜ਼ੌਸਟ ਤਾਂ ਆਪਾਂ ਲੈ ਕੇ ਆਉਣਾ ਹੀ ਪਊਗਾ ਆਪਾਂ ਨੂੰ, ਤਾਂ ਆਈ ਐਨ ਜੀ ਲਗਾਵਾਂਗੇ ਜਾਂ ਈ ਡੀ, ਕਿਉਂਕਿ ਡੋਨਾ ਥੱਕ ਜਾਂਦੀ ਹੈ ਕਿਸ ਤੋਂ, ਆਪਣੀ ਜੋਬ ਤੋਂ, ਤਾਂ ਕਰਕੇ ਇੱਥੇ ਐਗਜ਼ੌਸਟਡ, ਇੱਥੇ ਹੈਗਾ ਐਗਜ਼ੌਸਟਡ, ਜਿਹੜੀ ਡੋਨ ਹੈ ਉਹ ਥੱਕ ਜਾਂਦੀ ਹੈ ਆਪਣੀ ਜੋਬ ਤੋਂ, ਇਸ ਤਰ੍ਹਾਂ ਲੱਗੇਗਾ। ਬਿਲਕੁਲ ਈਜ਼ੀ ਹੈ, ਜਿਹੜਾ ਇਹਨਾਂ ਨੇ ਐਂਡ 'ਤੇ ਦਿੱਤੇ ਹੋਏ ਨੇ ਨਾ ਉਹ ਤਾਂ ਆਪਾਂ ਨੇ ਲਗਾਉਣੇ ਹੀ ਲਗਾਉਣੇ ਨੇ, ਉਹਨੂੰ ਇੱਥੇ ਬੇਸ਼ੱਕ ਪਹਿਲੇ ਹੀ ਲਗਾ ਲਿਆ ਕਰੋ, ਉਸ ਤੋਂ ਬਾਅਦ ਸੈਂਸ ਦੇਖਿਆ ਕਰੋ ਕੀ ਨਿਕਲਦੀ ਹੈ। ਠੀਕ ਹੈ, ਇਸ ਤਰ੍ਹਾਂ ਥਰਡ ਆ ਜਾਓ, ਬਿਲਕੁਲ ਈਜ਼ੀ ਜਿਹਾ ਕੰਮ ਹੈ ਇਹ। ਥਰਡ ਦੇਖੋ, ਇਸ ਦੇ ਵਿੱਚ ਕੀ ਪਹਿਲਾਂ ਸਿਚੁਏਸ਼ਨ ਦਿੱਤੀ ਹੈ, ਇਟ ਹੈਜ਼ ਬੀਨ ਰੇਨਿੰਗ ਆਲ ਡੇ, ਪੂਰੇ ਦਿਨ ਤੋਂ ਵਰਖਾ ਹੋ ਰਹੀ ਹੈ। ਆਈ ਹੇਟ ਦਿਸ ਵੈਦਰ, ਮੈਂ ਇਸ ਵੈਦਰ ਨੂੰ ਕਹਿੰਦੀ ਮਤਲਬ ਕਿ ਨਫ਼ਰਤ ਕਰਦਾ, ਹੈ ਨਾ, ਨਫ਼ਰਤ ਕਰਦਾ ਜਾਂ ਕਰਦੀਆਂ ਜੋ ਵੀ ਹੈ, ਹੈ ਨਾ, ਤੁਸੀਂ ਜਿਹੜਾ ਮਰਜ਼ੀ ਲਿੰਗ ਇੱਥੇ ਇਸ ਨੂੰ ਸਮਝ ਲਓ। ਸਮਝ ਕੇ ਕੀ ਹੋ ਰਿਹਾ,
ਪੂਰੇ ਦਿਨ ਤੋਂ ਵਰਖਾ ਹੋ ਰਹੀ ਹੈ, ਆਈ ਹੇਟ ਦਿਸ ਵੈਦਰ, ਮੈਨੂੰ ਇਸ ਵੈਦਰ ਤੋਂ ਨਫ਼ਰਤ ਹੈ। ਔਰ ਇੱਥੇ ਦੇ ਤਾਂ ਡਿਪਰੈਸਡ, ਡਿਪਰੈਸਡ ਕੀ ਹੁੰਦਾ? ਨਿਰਾਸ਼ਾਜਨਕ। ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਵੈਦਰ ਹੈ, ਵੈਦਰ ਸਾਡੇ ਤੋਂ ਨਿਰਾਸ਼ ਹੋਊਗਾ ਜਾਂ ਅਸੀਂ ਵੈਦਰ ਤੋਂ ਨਿਰਾਸ਼ ਹੋਵਾਂਗੇ? ਵੈਦਰ ਸਾਡੇ ਤੋਂ ਕਿਵੇਂ ਨਿਰਾਸ਼ ਹੋ ਸਕਦਾ? ਵੈਦਰ ਥੋੜ੍ਹੀ ਨਾ ਨਿਰਾਸ਼ ਹੋ, ਹਾਂ ਅਸੀਂ ਵੈਦਰ ਤੋਂ ਨਿਰਾਸ਼ ਹੋ ਸਕਦੇ ਹਾਂ, ਡਿਪਰੈਸ ਹੋ ਸਕਦੇ ਹਾਂ, ਹੈ ਨਾ। ਤਾਂ ਕਰਕੇ ਇਹ ਗੱਲ ਥੋੜ੍ਹੀ ਸਮਝ ਆ ਗਈ, ਅਸੀਂ ਵੈਦਰ ਤੋਂ ਨਿਰਾਸ਼ ਹੋ ਸਕਦੇ ਹਾਂ। ਤਾਂ ਜਿੱਥੇ ਵੈਦਰ ਦੀ ਗੱਲ ਆਊ, ਜਿਵੇਂ ਏ ਦੇ ਵਿੱਚ ਇਹ ਕਹਿੰਦੇ ਦਿਸ ਵੈਦਰ ਇਜ਼, ਇੱਥੇ ਹੈਗਾ ਜਿਸ ਤਰ੍ਹਾਂ, ਇਹ ਤਾਂ ਆਪਾਂ ਲਗਾ ਹੀ ਲਓ ਡਿਪਰੈਸ। ਹੁਣ ਆਈ ਐਨ ਜੀ ਲਗਾਵਾਂਗੇ ਜਾਂ ਈ ਡੀ? ਜੇਕਰ ਆਪਾਂ ਇੱਥੇ ਈ ਡੀ ਲਗਾਤਾ ਤਾਂ ਇਹਦਾ ਮਤਲਬ ਹੋਜੂ ਦਿਸ ਵੈਦਰ ਇਜ਼ ਡਿਪਰੈਸਡ, ਜਿਹੜਾ ਇਹ ਵੈਦਰ ਹੈ ਉਹ ਨਿਰਾਸ਼ ਹੈ, ਮਤਲਬ ਕਿਸੇ ਹੋਰ ਬੰਦੇ ਤੋਂ ਨਿਰਾਸ਼ ਹੈ। ਵੈਦਰ ਥੋੜ੍ਹੀ ਨਾ ਨਿਰਾਸ਼ ਹੋਊ, ਵੈਦਰ ਖੁਦ ਨਿਰਾਸ਼ਾਜਨਕ ਹੈ, ਵੈਦਰ ਤੋਂ ਕੋਈ ਹੋਰ ਬੰਦਾ ਨਿਰਾਸ਼ ਹੈ, ਤਾਂ ਕਰਕੇ ਵੈਦਰ ਇਜ਼ ਡਿਪਰੈਸਿੰਗ। ਬਿਲਕੁਲ ਈਜ਼ੀ ਕੰਮ ਹੈ, ਆਈ ਹੋਪ ਕਿ ਸਮਝ ਆ ਗਿਆ ਤੁਹਾਡੇ। ਬੀ ਦੇ ਵਿੱਚ, ਬੀ ਦੇ ਵਿੱਚ ਕੀ ਕਹਿ ਰਿਹਾ? ਹੁਣ ਦੇਖੋ, ਦਿਸ ਵੈਦਰ ਮੇਕਸ ਮੀ, ਇਹ ਵੈਦਰ ਹੈ ਜਿਹੜਾ ਉਹ ਮੈਨੂੰ ਕੀ ਕਰ ਰਿਹਾ ਹੈ? ਮੈਨੂੰ ਕਰ ਰਿਹਾ ਹੈ ਡਿਪਰੈਸ। ਹੁਣ ਦੇਖੋ ਜਿਹੜਾ ਵੈਦਰ ਹੈ ਉਹ ਮੈਨੂੰ ਕਰ ਰਿਹਾ ਹੈ, ਮੇਕਸ ਮੀ, ਮੈਨੂੰ ਕੀ ਕਰ ਰਿਹਾ? ਡਿਪਰੈਸਡ, ਮਤਲਬ ਕਿ ਮੈਂ ਵੈਦਰ ਤੋਂ ਨਿਰਾਸ਼ ਹੋ ਰਿਹਾ। ਤਾਂ ਇਹ ਬਿਲਕੁਲ ਰਾਈਟ ਹੈ, ਹੈ ਨਾ, ਡਿਪਰੈਸਡ, ਹਾਂ ਵੈਦਰ ਤੋਂ ਨਿਰਾਸ਼ ਹੋ ਰਿਹਾ, ਕਿਉਂਕਿ ਉੱਪਰ ਵੀ ਲਿਖਿਆ ਕਿ ਹੇਟ ਦਿਸ ਵੈਦਰ, ਵੀ ਮੈਂ ਇਸ ਵੈਦਰ ਤੋਂ ਨਿਰਾਸ਼ ਹੋ ਰਿਹਾ। ਸੀ ਦੇ ਵਿੱਚ ਦੇਖੋ, ਇਟਸ ਸਿਲੀ ਟੂ ਗੈਟ, ਕਹਿੰਦਾ ਇਹ ਬਹੁਤ ਸਿਲੀ ਹੈ। ਪਹਿਲਾਂ ਆਪਾਂ ਇੱਥੇ ਦੇਖੋ ਉਹ ਐਗਜੈਕਟ ਲਗਾ ਲੈਂਦੇ ਹਾਂ, ਆਈ ਐਨ ਜੀ ਅਤੇ ਈ ਡੀ ਬਾਅਦ 'ਚ ਦੇਖਾਂਗੇ, ਇੱਥੇ ਆਪਾਂ ਡਿਪਰੈਸ ਲਗਾ ਲਿਆ। ਹੁਣ ਇਸਦਾ ਮੀਨਿੰਗ ਦੇਖੋ ਕੀ ਬਣ ਗਿਆ, ਕਹਿੰਦਾ ਇਟਸ ਸਿਲੀ ਟੂ ਗੈਟ ਡਿਪਰੈਸ, ਕਹਿੰਦਾ ਡਿਪਰੈਸ ਹੋਣਾ ਬਹੁਤ ਇੱਕ ਸਿਲੀ ਜੀ ਗੱਲ ਹੈ ਬਿਕੋਜ਼ ਆਫ ਦਾ ਵੈਦਰ, ਵੀ ਇੱਕ ਵੈਦਰ ਦੇ ਕਾਰਨ ਡਿਪਰੈਸ ਹੋਣਾ, ਇੱਕ ਵੈਦਰ ਦੇ ਕਾਰਨ ਨਿਰਾਸ਼ ਹੋਣਾ ਇੱਕ ਬਹੁਤ ਸਿਲੀ ਜੀ ਗੱਲ ਹੈ, ਮਤਲਬ ਇੱਕ ਵਧੀਆ ਗੱਲ ਨਹੀਂ ਹੈਗੀ। ਦੇਖੋ ਵੈਦਰ ਤਾਂ ਪਿੱਛੇ ਹੈ, ਇਹ ਕਹਿ ਰਿਹਾ ਵੈਦਰ ਤੋਂ ਨਿਰਾਸ਼ ਹੋਣਾ। ਹੁਣ ਵੈਦਰ ਤੋਂ ਨਿਰਾਸ਼ ਕੌਣ ਹੋਊਗਾ? ਵੈਦਰ ਤੋਂ ਨਿਰਾਸ਼ ਕੋਈ ਵਿਅਕਤੀ ਹੀ ਹੋਊਗਾ, ਕਹਿਣ ਦਾ ਮਤਲਬ ਕਿ ਆਪਣੀ ਹੀ ਗੱਲ ਹੋ ਰਹੀ ਹੈ, ਵੀ ਵੈਦਰ ਤੋਂ ਨਿਰਾਸ਼ ਹੋਣਾ ਇੱਕ ਸਿਲੀ ਜੀ ਗੱਲ ਹੈ, ਤਾਂ ਕਰਕੇ ਇੱਥੇ ਈਡੀ, ਕਿਉਂਕਿ ਵੈਦਰ ਤੋਂ ਨਿਰਾਸ਼ ਕੌਣ ਹੋਊਗਾ? ਆਪਾਂ ਹੀ ਹੋਵਾਂਗੇ, ਤਾਂ ਈਡੀ ਆਏਗਾ, ਵੈਦਰ ਤੋਂ ਨਿਰਾਸ਼ ਹੋਣਾ, ਵੈਦਰ ਤਾਂ ਨਿਰਾਸ਼ ਨਹੀਂ ਹੋਊਗਾ ਆਪਣੇ ਤੋਂ, ਤਾਂ ਕਰਕੇ ਇੱਥੇ ਈਡੀ ਆ ਗਿਆ। ਇਸ ਤਰ੍ਹਾਂ ਅਗਲਾ ਫੋਰਥ, ਵੈਸੇ ਆਪਾਂ ਫੋਰਥ ਪਹਿਲਾਂ ਕਰ ਚੁੱਕੇ ਹਾਂ, ਬਿਲਕੁਲ ਈਜ਼ੀ ਹੈ, ਫਿਰ ਵੀ ਚਲੋ ਇੱਕ ਵਾਰ ਆਪਾਂ ਦੁਬਾਰਾ ਕਰ ਲੈਂਦੇ ਹਾਂ। ਕਲੇਅਰ ਇਜ਼ ਗੋਇੰਗ ਟੂ ਮੈਕਸੀਕੋ ਨੈਕਸਟ ਮੰਥ, ਜਿਹੜੀ ਕਲੇਅਰ ਹੈ ਨੈਕਸਟ ਮੰਥ ਮੈਕਸੀਕੋ ਜਾ ਰਹੀ ਹੈ। ਸ਼ੀ ਹੈਜ਼ ਨੈਵਰ ਬੀਨ ਦੇਅਰ ਬਿਫੋਰ, ਇਸ ਤੋਂ ਪਹਿਲਾਂ ਉਹ ਮੈਕਸੀਕੋ ਕਦੇ ਨਹੀਂ ਗਈ। ਹੁਣ ਹੈਗਾ ਆਪਣੇ ਲਵੇ ਐਕਸਾਈਟ, ਐਕਸਾਈਟ ਹੁੰਦਾ ਉਤਸ਼ਾਹ ਹੋਣਾ, ਹੈ ਨਾ, ਉਤਸ਼ਾਹਿਤ। ਹੁਣ ਇਹ ਦੇਖੋ ਜਿਹੜੀ ਕਲੇਅਰ ਮੈਕਸੀਕੋ ਜਾ ਰਹੀ ਹੈ, ਉਤਸ਼ਾਹਿਤ ਕਲੇਅਰ ਹੋਊਗੀ ਜਾਂ ਫਿਰ ਮੈਕਸੀਕੋ ਹੋਊਗਾ, ਜਾਂ ਕਹਿ ਲਓ ਮੈਕਸੀਕੋ ਜਾਣ ਦਾ ਉਸਦਾ ਐਕਸਪੀਰੀਅੰਸ ਹੈ ਜਿਹੜਾ ਉਹ ਉਤਸ਼ਾਹ ਹੋਊਗਾ। ਮੈਕਸੀਕੋ ਥੋੜ੍ਹੀ ਨਾ ਉਤਸ਼ਾਹਿਤ ਹੋਊਗਾ, ਉਤਸ਼ਾਹਿਤ ਕਲੇਅਰ ਹੋਊਗੀ। ਤਾਂ ਜਿੱਥੇ ਕਲੇਅਰ ਦੇ ਉਤਸ਼ਾਹਿਤ ਹੋਣ ਦੀ ਗੱਲ ਆਊ ਉੱਥੇ ਈ ਡੀ ਲਗਾਵਾਂਗੇ, ਜਿੱਥੇ ਦੂਸਰੀ ਗੱਲ ਆਊਗੀ ਉੱਥੇ ਆਪਾਂ ਆਈ ਐਨ ਜੀ ਲਗਾਵਾਂਗੇ। ਜਿਸ ਤਰ੍ਹਾਂ ਇਹਨਾਂ ਨੇ ਏ ਦੇ ਵਿੱਚ ਕਿਹਾ ਇਟ ਵਿਲ ਬੀ ਐਨ, ਇੱਥੇ ਆਪਾਂ ਪਹਿਲਾਂ ਐਕਸਾਈਟ ਤਾਂ ਲਿਖੇ ਲਓ, ਅੱਗੇ ਦੇਖਾਂਗੇ ਆਈ ਐਨ ਜੀ ਅਤੇ ਈ ਡੀ। ਇਟ ਵਿਲ ਬੀ ਐਨ ਐਕਸਾਈਟ ਐਕਸਪੀਰੀਅੰਸ ਫੋਰ ਹਰ, ਦੇਖੋ ਹਰ ਮਤਲਬ ਕਲੇਅਰ, ਵੀ ਕਲੇਅਰ ਦੇ ਲਈ, ਕਲੇਅਰ ਦੇ ਲਈ ਜਿਹੜਾ ਇਹ ਐਕਸਪੀਰੀਅੰਸ ਹੈ ਬਹੁਤ ਜ਼ਿਆਦਾ ਐਕਸਾਈਟਿੰਗ ਹੋਏਗਾ। ਕਿਉਂ? ਕਿਉਂਕਿ ਇੱਥੇ ਐਕਸਪੀਰੀਅੰਸ ਦੀ ਗੱਲ ਆ ਰਹੀ ਹੈ। ਇਟ ਵਿਲ ਬੀ ਐਨ ਐਕਸਾਈਟਿੰਗ ਐਕਸਪੀਰੀਅੰਸ, ਐਕਸਪੀਰੀਅੰਸ ਜਿਹੜਾ ਹੈਗਾ ਉਸ ਤੋਂ ਆਪਾਂ ਐਕਸਾਈਟ ਹੋਵਾਂਗੇ, ਐਕਸਪੀਰੀਅੰਸ ਤੋਂ। ਤਾਂ ਕਰਕੇ ਐਕਸਪੀਰੀਅੰਸ ਹੈ ਜਿਹੜਾ ਉਹ ਐਕਸਾਈਟਿੰਗ ਹੈ, ਐਕਸਪੀਰੀਅੰਸ ਆਪਣੇ ਤੋਂ ਐਕਸਾਈਟਡ ਨਹੀਂ ਹੋਊਗਾ, ਠੀਕ ਹੈ, ਤਾਂ ਕਰਕੇ ਇੱਥੇ ਐਕਸਾਈਟਿੰਗ ਆ ਗਿਆ। ਬੀ ਦੇ ਵਿੱਚ ਕੀ ਕਹਿ ਰਿਹਾ? ਗੋਇੰਗ ਟੂ ਨਿਊ ਪਲੇਸਿਸ, ਨਵੀਂ ਜਗ੍ਹਾ 'ਤੇ ਜਾਣਾ, ਹੈ ਨਾ, ਨਵੀਆਂ ਨਵੀਆਂ ਜਗ੍ਹਾਵਾਂ 'ਤੇ ਜਾਣਾ ਇਜ਼ ਆਲਵੇਜ਼ ਕੀ ਹੁੰਦਾ ਉਹ ਐਕਸਾਈਟਿੰਗ,
ਵੀ ਨਵੀਆਂ ਜਗ੍ਹਾ 'ਤੇ ਜਾਣਾ ਆਲਵੇਜ਼ ਕੀ ਹੁੰਦਾ, ਐਕਸਾਈਟਿੰਗ ਹੁੰਦਾ। ਇੱਥੇ ਕਲੀਅਰ ਦੀ ਗੱਲ ਨਹੀਂ ਆ ਰਹੀ, ਬਟ ਅਗਲੇ ਦੇ ਵਿੱਚ ਦੇਖੋ, ਸ਼ੀ ਇਜ਼ ਰੀਅਲੀ ਇੱਥੇ ਆਏਗਾ ਐਕਸਾਈਟਡ। ਹੁਣ ਕਲੀਅਰ ਐਕਸਾਈਟਡ ਇੱਥੇ, ਸ਼ੀ ਇਜ਼ ਰੀਅਲੀ ਐਕਸਾਈਟਡ ਅਬਾਊਟ ਗੋਇੰਗ ਟੂ ਮੈਕਸੀਕੋ, ਵੀ ਮੈਕਸੀਕੋ ਜਾਣ ਦੇ ਲਈ ਕਲੀਅਰ ਬਹੁਤ ਜ਼ਿਆਦਾ ਐਕਸਾਈਟਡ ਹੈ। ਦੇਖੋ ਜਿਹੜੇ ਤੁਹਾਨੂੰ ਫਸਟ ਦੇ ਵਿੱਚ ਰੂਲਸ ਵੀ ਦੱਸੇ ਸੀਗੇ, ਜਿਹੜਾ ਮੈਂ ਤੁਹਾਨੂੰ ਫਸਟ ਦੇ ਵਿੱਚ ਹੀ ਦੱਸਿਆ ਸੀ ਪਹਿਲੇ 2 ਮਿੰਟਾਂ ਦੇ ਵਿੱਚ, ਜੇਕਰ ਸਿਰਫ ਓਨਾ ਕੁ ਵੀ ਤੁਸੀਂ ਸੁਣ ਲੈਂਦੇ ਹੋ ਤਾਂ ਆਰਾਮ ਨਾਲ ਇਹ ਸਾਰੀ ਯੂਨਿਟ ਤੁਸੀਂ ਕਰ ਲਵੋਗੇ। ਬਿਲਕੁਲ ਈਜ਼ੀ ਹੈ, ING ਅਤੇ ED ਕਦੋਂ ਲਗਾਉਣਾ ਇਹ ਤੁਹਾਨੂੰ ਮੈਂ ਦੱਸ ਚੁੱਕਿਆ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਫਸਟ। ਐਂਡ ਅੱਗੇ ਆਪਣੀ ਹੁਣ ਇਸ ਯੂਨਿਟ ਦੀ ਸੈਕਿੰਡ ਜਿਹੜੀ ਆਪਣੀ ਐਕਸਰਸਾਈਜ਼ ਹੈ, ਦੇਖੋ ਉਹ ਆਪਾਂ ਕਰਦੇ ਹਾਂ। ਇਸ ਦੇ ਵਿੱਚ ਕੀ ਕਰਨਾ, ਬਿਲਕੁਲ ਹੀ ਈਜ਼ੀ ਹੈ। ਆਪਾਂ ਨੇ ਚੂਜ਼ ਦਾ ਕਰੈਕਟ ਵਰਡ, ਆਪਾਂ ਨੇ ਸਹੀ ਵਰਡ ਆ ਜਿਹੜਾ ਉਹ ਚੂਜ਼ ਕਰਨਾ, ਮਤਲਬ ਕਿ ਇਹ ਸੈਂਟੈਂਸ ਹੈ, ਇਸ ਸੈਂਟੈਂਸ ਦੇ ਵਿੱਚ ਆਪਾਂ ਨੂੰ ਇਹਨਾਂ ਨੇ ਆਪਸ਼ਨ ਦੇ ਤੀ। ਮੰਨ ਲਓ ਜੋ ਇਹਨਾਂ ਨੇ ਐਡਜੈਕਟਿਵ ਆਪਾਂ ਨੂੰ ਦਿੱਤਾ, ਇੱਕ ਤਾਂ ING ਦੇ ਨਾਲ ਦੇਤਾ, ਇੱਕ ED ਦੇ ਨਾਲ। ਆਪਾਂ ਨੇ ਇਹ ਦੇਖਣਾ ਕਿ ਉਸ ਸੈਂਟੈਂਸ ਦੇ ਵਿੱਚ ਜਿਹੜਾ ਐਡਜੈਕਟਿਵ ਹੈ ED ਨਾਲ ਆਏਗਾ ਜਾਂ ਫਿਰ ING ਨਾਲ ਆਏਗਾ। ਦੇਖੋ ਹਰ ਇੱਕ ਦੇ ਵਿੱਚ ਦੋ ਦੋ ਨੇ, ਡਿਸਅਪੋਇੰਟਿੰਗ, ਡਿਸਅਪੋਇੰਟਡ, ਇਹਨਾਂ ਦੇ ਵਿੱਚੋਂ ਇੱਕ ਆਏਗਾ, ਇੰਟਰਸਟਿੰਗ, ਇੰਟਰਸਟਡ। ਆਪਾਂ ਦੇਖਣਾ ਇਹਨਾਂ ਦੇ ਵਿੱਚੋਂ ਇਸ ਸੈਂਟੈਂਸ ਦੇ ਵਿੱਚ ਕਿਹੜਾ ਢੁਕਵਾਂ। ਸਾਰਿਆਂ ਦੇ ਵਿੱਚ ਹੀ ਇੱਦਾਂ ਹੀ ਕਰਨਾ। ਹੁਣ ਦੇਖੋ ਆਪਾਂ ਫਸਟ ਪੜ੍ਹਦੇ ਹਾਂ, ਉਹ ਆਪਾਂ ਨੂੰ ਉਸੇ ਤਰ੍ਹਾਂ ਪਤਾ ਚੱਲੇਗਾ, ਹੈ ਨਾ, ਕਿ ਕੋਈ ਚੀਜ਼ ਇੰਟਰਸਟਿੰਗ ਹੈ ਜਾਂ ਇੰਟਰਸਟਡ ਹੈ, ਕੋਈ ਪਰਸਨ ਇੰਟਰਸਟਡ ਹੋ ਰਿਹਾ ਕਿਸੇ ਤੋਂ ਜਾਂ ਫਿਰ ਕੋਈ ਚੀਜ਼ ਇੰਟਰਸਟਿੰਗ ਹੈ, ਹੈ ਨਾ, ਕਿਸੇ ਦੇ ਲਈ, ਉਹ ਆਪਾਂ ਨੂੰ ਪਤਾ ਚੱਲ ਜਾਏਗਾ, ਬਿਲਕੁਲ ਈਜ਼ੀ। ਦੇਖੋ ਜਿਸ ਤਰ੍ਹਾਂ ਫਸਟ ਹੈ, ਇਹ ਫਸਟ ਦੇ ਵਿੱਚ ਕਹਿ ਰਿਹਾ ਆਈ ਵਾਜ਼ ਡਿਸਅਪੋਇੰਟਿੰਗ ਜਾਂ ਫਿਰ ਡਿਸਅਪੋਇੰਟਡ, ਹੈ ਨਾ, ਆਈ ਵਾਜ਼ ਡਿਸਅਪੋਇੰਟਿੰਗ ਜਾਂ ਫਿਰ ਡਿਸਅਪੋਇੰਟਡ ਵਿਦ ਦਾ ਮੂਵੀ, ਵੀ ਮੈਂ ਮੂਵੀ ਹੈ ਜਿਹੜੀ ਉਸਦੇ ਨਾਲ ਕੀ ਸੀਗਾ, ਵੀ ਮਤਲਬ ਮੈਂ ਨਿਰਾਸ਼ ਸੀਗਾ, ਕੁੱਲ ਮਿਲਾ ਕੇ ਡਿਸਅਪੋਇੰਟਿੰਗ। ਦੇਖੋ ਜੇ ਇੱਥੇ ਆਪਾਂ ਨੇ ਡਿਸਅਪੋਇੰਟਿੰਗ ਕਰਤਾ ING, ਤਾਂ ਇਹਦਾ ਮਤਲਬ ਹੋਜੂਗਾ ਆਈ ਵਾਜ਼ ਡਿਸਅਪੋਇੰਟਿੰਗ, ਕਿ ਮੈਂ ਡਿਸਅਪੋਇੰਟਿੰਗ ਸੀਗਾ, ਵੀ ਮੇਰੇ ਤੋਂ ਕੋਈ ਹੋਰ ਬੰਦਾ ਡਿਸਅਪੋਇੰਟਡ ਸੀਗਾ। ਨਹੀਂ, ਪਰ ਇਹ ਕਹਿ ਰਿਹਾ ਕਿ ਮੈਂ ਖੁਦ ਡਿਸਅਪੋਇੰਟਡ ਸੀ ਵਿਦ ਦਾ ਮੂਵੀ ਤੋਂ, ਤਾਂ ਕਰਕੇ ਇਹ ਕੱਟਿਆ ਜਾਏਗਾ, ਇਹ ਸਹੀ ਆ ਜਾਏਗਾ ਡਿਸਅਪੋਇੰਟਡ, ਵੀ ਮੈਂ ਡਿਸਅਪੋਇੰਟਡ ਸੀਗਾ ਵਿਦ ਦਾ ਮੂਵੀ, ਆਈ ਹੈਡ ਐਕਸਪੈਕਟਡ ਇਟ ਟੂ ਬੀ ਬੈਟਰ, ਕਿ ਮੈਨੂੰ ਲੱਗਦਾ ਸੀ ਇਹ ਮੂਵੀ ਵਧੀਆ ਹੋਊਗੀ ਪਰ ਇਹ ਵਧੀਆ ਨਹੀਂ ਸੀ, ਇਸ ਕਰਕੇ ਮੈਂ ਡਿਸਅਪੋਇੰਟਡ ਸੀਗਾ ਮੂਵੀ ਤੋਂ। ਅਗਲਾ ਦੇਖੋ, ਆਈ ਐਮ ਨੋਟ ਪਰਟੀਕੁਲਰਲੀ ਇੰਟਰਸਟਿੰਗ ਜਾਂ ਫਿਰ ਇੰਟਰਸਟਡ ਇਨ ਫੁੱਟਬਾਲ, ਕਹਿੰਦਾ ਮੈਂ, ਪਰਟੀਕੁਲਰਲੀ ਹੁੰਦਾ ਖਾਸ ਤੌਰ 'ਤੇ, ਕਹਿੰਦਾ ਮੈਂ ਖਾਸ ਕਰਕੇ ਜਿਹੜੀ ਫੁੱਟਬਾਲ ਹੈ ਉਸ ਦੇ ਵਿੱਚ ਮੈਨੂੰ ਕੋਈ ਇੰਟਰਸਟ ਨਹੀਂ ਹੈਗਾ, ਕੁੱਲ ਮਿਲਾ ਕੇ ਕਹਿ ਰਿਹਾ ਮੈਨੂੰ ਫੁੱਟਬਾਲ ਦੇ ਵਿੱਚ ਦਿਲਚਸਪੀ ਨਹੀਂ ਹੈਗੀ, ਮਤਲਬ ਕਿ ਦਿਲਚਸਪੀ ਮੈਨੂੰ ਨਹੀਂ ਹੈਗੀ, ਇਹ ਕਹਿ ਰਿਹਾ ਕਿ ਮੈਨੂੰ ਦਿਲਚਸਪੀ ਨਹੀਂ ਹੈਗੀ। ਹੁਣ ਜੇਕਰ ਆਪਾਂ ਕਹਿ ਦਾਂਗੇ ਆਈ ਐਮ ਨੋਟ ਇੰਟਰਸਟਿੰਗ, ਤਾਂ ਇਹਦਾ ਮਤਲਬ ਇਹ ਹੋਜੂਗਾ ਵੀ ਇਹ ਕਹਿ ਰਿਹਾ ਕਿ ਮੇਰੇ ਵਿੱਚ ਕਿਸੇ ਨੂੰ ਦਿਲਚਸਪੀ ਨਹੀਂ। ਜੇ ਆਪਾਂ ਇੰਟਰਸਟਿੰਗ ਕਰ ਦਾਂਗੇ ING, ਤਾਂ ਇਹਦਾ ਮਤਲਬ ਬਣ ਜੂਗਾ ਆਈ ਐਮ ਨੋਟ ਇੰਟਰਸਟਿੰਗ ਇਨ ਫੁੱਟਬਾਲ, ਕਿ ਫੁੱਟਬਾਲ ਨੂੰ ਮੇਰੇ 'ਚ ਦਿਲਚਸਪੀ ਨਹੀਂ, ਫੁੱਟਬਾਲ ਨੂੰ ਮੇਰੇ 'ਚ ਦਿਲਚਸਪੀ ਨਹੀਂ, ਮੈਨੂੰ ਫੁੱਟਬਾਲ 'ਚ ਦਿਲਚਸਪੀ ਨਹੀਂ ਹੈਗੀ, ਤਾਂ ਕਰਕੇ ING ਨਹੀਂ ਆਏਗਾ, ਇੰਟਰਸਟਡ ਆਏਗਾ, ਕਿ ਆਈ ਐਮ ਨੋਟ ਪਰਟੀਕੁਲਰਲੀ ਇੰਟਰਸਟਡ, ਮੈਂ ਇੰਟਰਸਟਡ ਨਹੀਂ ਹੈਗਾ ਫੁੱਟਬਾਲ ਦੇ ਵਿੱਚ। ਤੀਜਾ ਦੇਖੋ, ਦਾ ਨਿਊ ਪ੍ਰੋਜੈਕਟ ਸਾਊਂਡਸ ਐਕਸਾਈਟਿੰਗ ਜਾਂ ਫਿਰ ਐਕਸਾਈਟਡ, ਅੱਗੇ ਕਹਿ ਰਿਹਾ ਆਈ ਐਮ ਲੁਕਿੰਗ ਫੋਰਵਰਡ ਟੂ ਵਰਕਿੰਗ ਔਨ ਇਟ, ਔਰ ਮੈਂ ਅੱਗੇ ਇਸ ਉੱਪਰ ਕੰਮ ਕਰਨ ਦੀ ਸੋਚ ਰਿਹਾ। ਦੇਖੋ ਐਕਸਾਈਟ ਹੁੰਦਾ ਉਤਸ਼ਾਹ ਹੋਣਾ। ਹੁਣ ਤੁਸੀਂ ਇਹ ਦੇਖੋ, ਜੇ ਆਪਾਂ ਕਹਾਂਗੇ ਦਾ ਨਿਊ ਪ੍ਰੋਜੈਕਟ ਸਾਊਂਡਸ ਐਕਸਾਈਟਡ, ਜੇ ਆਪਾਂ ਇਸ ਤਰ੍ਹਾਂ ਐਕਸਾਈਟਡ ED ਲਗਾ ਦਾਂਗੇ, ਤਾਂ ਇਹਦਾ ਮਤਲਬ ਹੋਜੂਗਾ ਕਿ ਜਿਹੜਾ ਨਵਾਂ ਪ੍ਰੋਜੈਕਟ ਹੈ ਉਹ ਬਹੁਤ ਜ਼ਿਆਦਾ ਐਕਸਾਈਟਡ ਹੈ ਕਿਸੇ ਹੋਰ ਚੀਜ਼ 'ਤੇ। ਹੁਣ ਦੇਖੋ ਜਿਹੜਾ ਪ੍ਰੋਜੈਕਟ ਹੈ, ਪ੍ਰੋਜੈਕਟ ਕੀ ਹੈ, ਪ੍ਰੋਜੈਕਟ ਇੱਕ ਮਤਲਬ ਨਾਮ ਹੈ, ਨਿਰਜੀਵ ਹੈ, ਇੱਕ ਨਿਰਜੀਵ ਨਾਮ ਹੈ, ਹੈ ਨਾ, ਤਾਂ ਪ੍ਰੋਜੈਕਟ ਥੋੜ੍ਹੀ ਨਾ ਕਿਸੇ ਉੱਪਰ ਐਕਸਾਈਟਡ ਹੋਊਗਾ। ਹਾਂ, ਪ੍ਰੋਜੈਕਟ ਖੁਦ ਐਕਸਾਈਟਿੰਗ ਹੋ ਸਕਦਾ, ਵੀ ਦੂਜਾ ਬੰਦਾ ਉਸ ਦੇ ਉੱਪਰ ਐਕਸਾਈਟਡ ਹੋ ਸਕਦਾ,
ਮੇਰਾ ਮਤਲਬ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿਤੇ ਪਜ਼ਲ ਨਾ ਹੋ ਜਾਓ। ਦੇਖੋ ਜਿਹੜਾ ਪ੍ਰੋਜੈਕਟ ਹੈ, ਮੰਨ ਲਓ ਕਿਸੇ ਕੰਪਨੀ ਨੇ ਕੋਈ ਪ੍ਰੋਜੈਕਟ ਤਿਆਰ ਕੀਤਾ, ਪ੍ਰੋਜੈਕਟ ਤਾਂ ਇੱਕ ਨਿਰਜੀਵ ਚੀਜ਼ ਹੈ, ਹੈ ਨਾ, ਨਾਮ ਹੈ ਇੱਕ। ਜਿਹੜਾ ਪ੍ਰੋਜੈਕਟ ਹੈ ਉਹ ਕਿਸੇ ਉੱਪਰ ਐਕਸਾਈਟਡ ਥੋੜ੍ਹੀ ਨਾ ਹੋਊਗਾ। ਹਾਂ, ਕੋਈ ਹੋਰ ਪਰਸਨ ਉਸ ਪ੍ਰੋਜੈਕਟ ਦੇ ਉੱਪਰ ਐਕਸਾਈਟਡ ਹੋ ਸਕਦਾ, ਜਿਹੜਾ ਪ੍ਰੋਜੈਕਟ ਹੈ ਉਹ ਐਕਸਾਈਟਿੰਗ ਹੋਊਗਾ ਖੁਦ। ਤਾਂ ਕਰਕੇ ਪ੍ਰੋਜੈਕਟ ਹੈ ਜਿਹੜਾ ਐਕਸਾਈਟਿੰਗ ਹੋਊਗਾ, ਐਕਸਾਈਟਡ ਨਹੀਂ ਹੋਊਗਾ, ਕਿਉਂਕਿ ਪ੍ਰੋਜੈਕਟ ਕਿਸੇ ਦੇ ਉੱਪਰ ਐਕਸਾਈਟਡ ਨਹੀਂ ਹੋਊਗਾ, ਪ੍ਰੋਜੈਕਟ ਦੇ ਉੱਪਰ ਕੋਈ ਐਕਸਾਈਟਡ ਹੋ ਸਕਦਾ। ਅੱਗੇ ਚੌਥਾ, ਇਟ ਕੈਨ ਬੀ ਐਮਬੈਰਸਿੰਗ ਜਾਂ ਫਿਰ ਐਮਬੈਰਸਡ ਵੈਨ ਯੂ ਹੈਵ ਟੂ ਆਸਕ ਪੀਪਲ ਮਨੀ। ਹਾਂ, ਕਹਿੰਦਾ ਜਦੋਂ ਤੁਸੀਂ, ਵੈਨ ਯੂ ਹੈਵ ਟੂ ਆਸਕ ਪੀਪਲ ਮਨੀ, ਜਦੋਂ ਲੋਕਾਂ ਤੋਂ ਤੁਹਾਨੂੰ ਪੈਸਾ ਮੰਗਣਾ ਪੈਂਦਾ, ਜਦੋਂ ਕਹਿੰਦਾ ਜਦੋਂ ਤੁਹਾਨੂੰ ਲੋਕਾਂ ਤੋਂ ਪੈਸਾ ਮੰਗਣਾ ਪੈਂਦਾ, ਤਾਂ ਜਿਹੜੀ ਉਹ ਸਿਚੁਏਸ਼ਨ ਹੁੰਦੀ ਹੈ ਉਹ ਸ਼ਰਮਨਾਕ ਹੁੰਦੀ ਹੈ। ਐਮਬੈਰਸਿੰਗ ਦਾ ਮਤਲਬ ਹੁੰਦਾ ਸ਼ਰਮਨਾਕ, ਐਮਬੈਰਸਡ ਦਾ ਮਤਲਬ ਹੁੰਦਾ ਸ਼ਰਮਿੰਦਾ। ਹੁਣ ਇੱਥੇ ਸ਼ਰਮਿੰਦਾ, ਕਿਸੇ ਨੂੰ ਸ਼ਰਮਿੰਦਾ ਹੋਣ ਦੀ ਗੱਲ ਨਹੀਂ ਹੋ ਰਹੀ ਵੀ ਤੁਸੀਂ ਸ਼ਰਮਿੰਦਾ ਹੋ, ਇਹ ਕਹਿ ਰਿਹਾ ਇਟ ਕੈਨ ਬੀ ਐਮਬੈਰਸਿੰਗ ਵੀ ਇਹ ਚੀਜ਼ ਸ਼ਰਮਨਾਕ ਹੋ ਸਕਦੀ ਹੈ, ਵੈਨ ਯੂ ਹੈਵ ਟੂ ਆਸਕ ਪੀਪਲ ਫਾਰ ਮਨੀ, ਜਦੋਂ ਤੁਹਾਨੂੰ ਲੋਕਾਂ ਤੋਂ ਪੈਸਾ ਮੰਗਣਾ ਪਵੇ। ਤਾਂ ਕਰਕੇ ਇੱਥੇ ਐਮਬੈਰਸਡ ਨਹੀਂ ਆਏਗਾ, ਐਮਬੈਰਸਿੰਗ ਆਏਗਾ, ਵੀ ਇਟ ਕੈਨ ਬੀ ਐਮਬੈਰਸਿੰਗ, ਠੀਕ ਹੈ, ਸ਼ਰਮਨਾਕ ਹੋ ਸਕਦੀ ਹੈ ਇਹ ਗੱਲ। ਬਟ ਅਗਲੇ ਦੇ ਵਿੱਚ ਦੇਖੋ ਸੇਮ ਇਹੀ ਸਿਚੁਏਸ਼ਨ ਹੈ, ਬਟ ਇਸ ਦੇ ਵਿੱਚ ਹੈ ਡੂ ਯੂ ਈਜ਼ਲੀ ਗੈਟ ਐਮਬੈਰਸਿੰਗ ਜਾਂ ਫਿਰ ਐਮਬੈਰਸਡ। ਹੁਣ ਦੇਖੋ ਜੇ ਆਪਾਂ ਇੱਥੇ ਐਮਬੈਰਸਿੰਗ ਕਰ ਦਾਂਗੇ ਤਾਂ ਇਹਦਾ ਮਤਲਬ ਹੋਜੂਗਾ ਡੂ ਯੂ ਗੈਟ, ਕੀ ਤੁਸੀਂ ਆਸਾਨੀ ਦੇ ਨਾਲ ਹੀ ਆਪਣਾ ਸ਼ਰਮਨਾਕ ਹੋ ਜਾਂਦੇ ਹੋ। ਇੱਥੇ ਕਹਿ ਰਿਹਾ ਕੀ ਤੁਸੀਂ ਆਸਾਨੀ ਦੇ ਨਾਲ ਸ਼ਰਮਨਾਕ ਹੋ ਜਾਂਦੇ ਹੋ, ਨਹੀਂ, ਇਹ ਕਹਿ ਰਿਹਾ ਕੀ ਤੁਸੀਂ ਆਸਾਨੀ ਨਾਲ ਸ਼ਰਮਿੰਦਾ ਹੋ ਜਾਂਦੇ ਹੋ। ਮਤਲਬ ਕਿ ਯੂ ਈਜ਼ਲੀ ਗੈਟ ਐਮਬੈਰਸਡ, ਯੂ ਈਜ਼ਲੀ ਵੀ ਯੂ ਤੁਸੀਂ ਹੋ ਜਾਂਦੇ ਹੋ ਜਲਦੀ ਸ਼ਰਮਿੰਦਾ ਕਿਸੇ ਚੀਜ਼ ਤੋਂ। ਅੱਗੇ ਸ਼ਰਮਿੰਦਾ ਕਿਸੇ ਚੀਜ਼ ਤੋਂ ਹੋਊ ਨਾ ਇਹ, ਵੀ ਤੁਸੀਂ ਕਿਸੇ ਚੀਜ਼ ਤੋਂ ਜਲਦੀ ਸ਼ਰਮਿੰਦਾ ਹੋ ਜਾਂਦੇ ਹੋ, ਐਮਬੈਰਸਿੰਗ ਨਹੀਂ ਆਏਗਾ, ਐਮਬੈਰਸਡ ਆਏਗਾ। ਛੇਵਾਂ, ਆਈ ਹੈਡ ਨੈਵਰ ਐਕਸਪੈਕਟਡ ਟੂ ਗੈਟ ਦਾ ਜੋਬ, ਕਹਿੰਦਾ ਮੈਂ ਕਦੇ ਵੀ ਐਕਸਪੈਕਟ ਨਹੀਂ ਕੀਤਾ ਸੀ ਕਿ ਮੈਨੂੰ ਜੋਬ ਮਿਲ ਜੂਗੀ। ਅੱਗੇ ਕਹਿ ਰਿਹਾ ਆਈ ਵਾਜ ਅਮੇਜ਼ਿੰਗ ਜਾਂ ਫਿਰ ਆਈ ਵਾਜ ਅਮੇਜ਼ਡ ਵੈਨ ਆਈ ਵਾਜ ਔਫਰਡ ਇਟ, ਕਹਿੰਦਾ ਜਦੋਂ ਮੈਨੂੰ ਔਫਰ ਹੋਈ ਤਾਂ ਮੈਨੂੰ ਬਹੁਤ ਜ਼ਿਆਦਾ ਕੀ ਹੋਇਆ, ਹੈਰਾਨੀ ਹੋਈ, ਮਤਲਬ ਕਿ ਮੈਨੂੰ ਹੈਰਾਨੀ ਹੋਈ, ਆਈ ਵਾਜ ਅਮੇਜ਼ਡ, ਅਮੇਜ਼ਿੰਗ ਨਹੀਂ ਆਏਗਾ, ਠੀਕ ਹੈ। ਜੇ ਆਈ ਵਾਜ ਅਮੇਜ਼ਿੰਗ ਲਿਖਤਾ ਤਾਂ ਇਹਦਾ ਮਤਲਬ ਹੋਜੂ ਕਿ ਮੈਂ ਬਹੁਤ ਹੈਰਾਨੀਜਨਕ ਸੀਗਾ, ਵੀ ਕੋਈ ਦੂਸਰਾ ਮੇਰੇ 'ਤੇ ਹੈਰਾਨੀ ਪ੍ਰਗਟ ਕਰਦਾ ਸੀਗਾ, ਨਹੀਂ, ਮੈਂ ਹੈਰਾਨੀਜਨਕ ਨਹੀਂ ਸੀਗਾ ਕਿ ਦੂਸਰਾ ਮੇਰੇ 'ਤੇ ਕੋਈ ਹੈਰਾਨ ਨਹੀਂ ਹੁੰਦਾ ਸੀ, ਮੈਂ ਖੁਦ ਹੈਰਾਨ ਹੋਇਆ। ਇਹ ਕਹਿ ਰਿਹਾ ਆਈ ਵਾਜ ਅਮੇਜ਼ਡ ਵੀ ਜਦੋਂ ਮੈਨੂੰ ਔਫਰ ਆਇਆ ਜੋਬ ਦਾ ਮੈਂ ਖੁਦ ਹੈਰਾਨ ਹੋਇਆ। ਸੱਤਵਾਂ ਦੇਖੋ, ਸ਼ੀ ਹੈਜ਼ ਲਰਨਟ ਵੈਰੀ ਫਾਸਟ, ਉਸਨੇ ਬਹੁਤ ਜਲਦੀ, ਠੀਕ ਹੈ, ਸਿੱਖਿਆ, ਠੀਕ ਹੈ, ਸ਼ੀ ਹੈਜ਼ ਲਰਨਟ ਵੈਰੀ ਫਾਸਟ, ਸ਼ੀ ਹੈਜ਼ ਮੇਡ ਅਮੇਜ਼ਿੰਗ ਜਾਂ ਫਿਰ ਅਮੇਜ਼ਡ ਪ੍ਰੋਗਰੈਸ। ਦੇਖੋ ਇੱਥੇ ਤੁਸੀਂ ਧੋਖਾ ਨਾ ਖਾ ਜਿਓ, ਇਹ ਗੱਲ ਕੀ ਕਹਿ ਰਿਹਾ, ਸ਼ੀ ਹੈਜ਼ ਮੇਡ, ਉਸਨੇ ਕੀਤੀ, ਕੀ ਕੀਤੀ, ਅਮੇਜ਼ਿੰਗ ਜਾਂ ਫਿਰ ਅਮੇਜ਼ਡ ਪ੍ਰੋਗਰੈਸ, ਇੱਥੇ ਪ੍ਰੋਗਰੈਸ ਦੀ ਗੱਲ ਆ ਰਹੀ ਹੈ, ਵੀ ਉਸਨੇ ਬਹੁਤ ਜਲਦੀ ਬਹੁਤ ਹੈਰਾਨੀ ਭਰੀ ਪ੍ਰੋਗਰੈਸ ਕੀਤੀ, ਮਤਲਬ ਕਿ ਸ਼ੀ ਹੈਜ਼ ਮੇਡ ਅਮੇਜ਼ਿੰਗ ਪ੍ਰੋਗਰੈਸ, ਇੱਥੇ ਅਮੇਜ਼ਡ ਨਹੀਂ ਆਏਗਾ। ਜੇ ਤਾਂ ਇਹ ਖੁਦ ਹੁੰਦਾ ਹੈਰਾਨ, ਇਹ ਖੁਦ ਜਿਸ ਤਰ੍ਹਾਂ ਮੰਨ ਲਓ ਸਬਜੈਕਟ ਇੱਥੇ ਖੁਦ ਹੈਰਾਨ ਹੋਇਆ ਸੀਗਾ, ਆਈ ਵਾਜ਼ ਅਮੇਜ਼ਡ, ਮੈਂ ਹੈਰਾਨ ਹੋਇਆ ਕਿ ਮੈਨੂੰ ਔਫਰ ਮਿਲਿਆ, ਫਿਰ ਤਾਂ ਅਮੇਜ਼ਡ ਹੋਣਾ ਸੀ। ਬਟ ਇੱਥੇ ਕੀ ਕਹਿ ਰਿਹਾ, ਸ਼ੀ ਹੈਜ਼ ਮੇਡ, ਉਸਨੇ ਕੀਤਾ, ਕੀ ਕੀਤਾ, ਅਮੇਜ਼ਿੰਗ ਪ੍ਰੋਗਰੈਸ, ਅਮੇਜ਼ਿੰਗ ਪ੍ਰੋਗਰੈਸ ਕੀਤੀ ਉਸਨੇ, ਤਾਂ ਕਰਕੇ ਅਮੇਜ਼ਿੰਗ ਆਏਗਾ। ਅੱਠਵਾਂ ਦੇਖੋ, ਆਈ ਡਿਡਨਟ ਫਾਈਂਡ ਦਾ ਸਿਚੁਏਸ਼ਨ ਫਨੀ, ਕਹਿੰਦਾ ਮੈਨੂੰ ਸਿਚੁਏਸ਼ਨ ਜ਼ਿਆਦਾ ਕੋਈ ਫਨੀ ਨਹੀਂ ਲੱਗੀ, ਆਈ ਵਾਜ਼ ਨੋਟ ਅਮਿਊਜ਼ਿੰਗ ਜਾਂ ਫਿਰ ਅਮਿਊਜ਼ਡ,
ਆਈ ਵਾਜ ਨੋਟ ਅਮਿਊਜ਼ਡ, ਮਤਲਬ ਕਿ ਆਪ ਖੁਦ ਕਹਿ ਰਿਹਾ ਕਿ ਮੈਂ ਜ਼ਿਆਦਾ ਖੁਸ਼ ਨਹੀਂ ਸੀ, ਠੀਕ ਹੈ, ਆਈ ਵਾਜ ਨੋਟ ਅਮਿਊਜ਼ਡ, ਮੈਂ ਜ਼ਿਆਦਾ ਖੁਸ਼ ਨਹੀਂ ਸੀ, ਕਿਸ ਚੀਜ਼ 'ਤੇ, ਸਿਚੁਏਸ਼ਨ 'ਤੇ ਮੈਂ ਜ਼ਿਆਦਾ ਖੁਸ਼ ਨਹੀਂ ਸੀਗਾ। ਨੌਵਾਂ, ਆਈ ਐਮ ਇੰਟਰਸਟਿੰਗ ਜਾਂ ਇੰਟਰਸਟਡ, ਦੇਖੋ ਆਈ ਐਮ ਇੰਟਰਸਟਿੰਗ ਤਾਂ ਨਹੀਂ ਆਏਗਾ ਕਿਉਂਕਿ ਅੱਗੇ ਜੇਕਰ ਆਪਾਂ ਪੜ੍ਹਾਂਗੇ ਆਈ ਐਮ ਇੰਟਰਸਟਿੰਗ ਦਾ ਮਤਲਬ ਹੋਜੂਗਾ ਕਿ ਮੈਂ ਇੰਟਰਸਟਿੰਗ ਆ, ਕੋਈ ਹੋਰ ਬੰਦਾ ਮੇਰੇ 'ਚ ਇੰਟਰਸਟਡ ਹੈ, ਉਹਦਾ ਮਤਲਬ ਤਾਂ ਇਹ ਹੋਜੂ। ਬਟ ਅੱਗੇ ਕਹਿ ਰਿਹਾ ਆਈ ਐਮ ਇੰਟਰਸਟਿੰਗ ਜਾਂ ਇੰਟਰਸਟਡ ਇਨ ਜੁਆਇਨਿੰਗ ਦਾ ਕਲੱਬ, ਮੈਂ ਕਲੱਬ ਜੁਆਇਨ ਕਰਨ ਦੇ ਵਿੱਚ ਮੈਂ ਇੰਟਰਸਟਡ ਹਾਂ, ਮੈਂ ਖੁਦ ਇੰਟਰਸਟਡ ਹਾਂ, ਤਾਂ ਕਰਕੇ ਇੰਟਰਸਟਡ ਆਏਗਾ, ਇੰਟਰਸਟਿੰਗ ਨਹੀਂ ਆਏਗਾ। ਹਾਓ ਮੱਚ ਡਜ਼ ਇਟ ਕੋਸਟ, ਵੀ ਕਿੰਨੀ ਇਸ ਦੀ ਕੀਮਤ ਕੋਸਟ ਹੈ। ਦਸਵਾਂ, ਦੇਖੋ ਇਟ ਵਾਜ਼ ਅ ਰੀਅਲੀ ਟੈਰੀਫਾਈਂਗ ਜਾਂ ਫਿਰ ਟੈਰੀਫਾਈਡ ਐਕਸਪੀਰੀਅੰਸ, ਐਕਸਪੀਰੀਅੰਸ ਦੀ ਗੱਲ ਹੋ ਰਹੀ ਹੈ, ਐਕਸਪੀਰੀਅੰਸ ਦੇਖੋ ਐਕਸਪੀਰੀਅੰਸ ਦੀ ਗੱਲ ਹੋ ਰਹੀ ਹੈ ਤਾਂ ਟੈਰੀਫਾਈਂਗ, ਠੀਕ ਹੈ, ਟੈਰੀਫਾਈਂਗ ਕਿਉਂਕਿ ਐਕਸਪੀਰੀਅੰਸ ਦੀ ਗੱਲ ਹੋ ਰਹੀ ਹੈ। ਅੱਗੇ ਐਵਰੀਬਡੀ ਵਾਜ਼ ਵੈਰੀ ਸ਼ੋਕਿੰਗ ਜਾਂ ਫਿਰ ਸ਼ੋਕਡ, ਹੁਣ ਇੱਥੇ ਸ਼ੋਕਿੰਗ ਕੌਣ ਹੋਊਗਾ, ਠੀਕ ਹੈ, ਐਵਰੀਬਡੀ ਦੀ ਗੱਲ ਹੋ ਰਹੀ ਹੈ, ਐਵਰੀਬਡੀ ਵਾਜ਼ ਵੈਰੀ ਸ਼ੋਕਡ ਆਊਗਾ, ਸ਼ੋਕਡ ਵੀ ਸਾਰੇ ਬਹੁਤ ਜ਼ਿਆਦਾ ਸ਼ੋਕਡ ਹੋਏ, ਕਿਸ ਚੀਜ਼ 'ਤੇ, ਟੈਰੀਫਾਈਂਗ ਐਕਸਪੀਰੀਅੰਸ 'ਤੇ, ਜਿਹੜਾ ਐਕਸਪੀਰੀਅੰਸ ਹੈ, ਠੀਕ ਹੈ, ਉਹ ਨਹੀਂ ਅੱਗੇ ਹੋਇਆ, ਠੀਕ ਹੈ, ਜੇਕਰ ਟੈਰੀਫਾਈਡ ਹੁੰਦਾ ਤਾਂ ਹੁੰਦਾ ਵੀ ਐਕਸਪੀਰੀਅੰਸ ਕਿਸੇ ਹੋਰ 'ਤੇ ਟੈਰੀਫਾਈਡ ਹੈ, ਠੀਕ ਹੈ, ਐਕਸਪੀਰੀਅੰਸ ਖੁਦ ਟੈਰੀਫਾਈਂਗ ਹੈ, ਠੀਕ ਹੈ, ਬਾਕੀ ਐਵਰੀਬਡੀ ਵਾਜ਼ ਵੈਰੀ ਸ਼ੋਕਡ, ਸਾਰੇ ਸ਼ੋਕਡ ਹੋਏ ਇਸ ਗੱਲ 'ਤੇ। ਗਿਆਰਵਾਂ, ਵਾਈ ਡੂ ਯੂ ਆਲਵੇਜ਼ ਲੁੱਕ ਸੋ, ਆਪਾਂ ਕਿਸੇ ਨੂੰ ਬੰਦੇ ਨੂੰ ਕਹਿ ਰਹੇ ਹਾਂ ਸਾਹਮਣੇ ਵਾਲੇ ਨੂੰ, ਵਾਈ ਡੂ ਯੂ ਆਲਵੇਜ਼ ਲੁੱਕ ਸੋ ਬੋਰਿੰਗ ਜਾਂ ਫਿਰ ਬੋਰਡ, ਜੇ ਤਾਂ ਆਪਾਂ ਹੁਣ ਦੇਖੋ ਬੋਰਿੰਗ ਕਹਾਂਗੇ ਤਾਂ ਇਹਦਾ ਮਤਲਬ ਹੋਜੂ ਵਾਈ ਡੂ ਯੂ ਆਲਵੇਜ਼ ਲੁੱਕ ਸੋ ਬੋਰਿੰਗ, ਵੀ ਤੁਸੀਂ ਹਮੇਸ਼ਾ ਇੰਨੇ ਬੋਰਿੰਗ ਦਿਖਾਈ ਕਿਉਂ ਦਿੰਦੇ ਹੋ, ਬਾਕੀ ਸਾਰੇ ਬੰਦੇ ਤੁਹਾਡੇ 'ਤੇ ਮਤਲਬ ਤੁਹਾਡੇ ਕਾਰਨ ਬੋਰ ਹੁੰਦੇ ਨੇ, ਇਹਦਾ ਮਤਲਬ ਤਾਂ ਇਹ ਹੋ ਗਿਆ। ਜੇਕਰ ਬੋਰਡ ਹੋ ਗਿਆ, ਆਪਾਂ ਬੋਰਡ ਲਗਾਵਾਂਗੇ ਤਾਂ ਇਹਦਾ ਮਤਲਬ ਹੋ ਗਿਆ ਵੀ ਤੁਸੀਂ ਇੰਨੇ ਬੋਰਡ ਕਿਉਂ ਦਿਖਾਈ ਦੇ ਰਹੇ ਹੋ, ਮਤਲਬ ਤੁਸੀਂ ਕਿਸੇ ਹੋਰ ਚੀਜ਼ 'ਤੇ, ਹੈ ਨਾ, ਬੋਰਡ ਹੋ, ਕਿਸੇ ਹੋਰ ਚੀਜ਼ ਕਰਕੇ ਬੋਰ ਹੋ ਤੁਸੀਂ। ਅੱਗੇ ਲਿਖਿਆ ਇਜ਼ ਯੂਅਰ ਲਾਈਫ ਰੀਅਲੀ ਬੋਰਿੰਗ ਜਾਂ ਬੋਰਡ, ਮਤਲਬ ਕਿ ਕੀ ਤੁਹਾਡੀ ਜ਼ਿੰਦਗੀ ਜ਼ਿਆਦਾ ਬੋਰਿੰਗ ਹੈ, ਮਤਲਬ ਕਿ ਇੱਥੇ ਕਹਿ ਰਿਹਾ ਇਸ ਨੂੰ ਵੀ ਤੁਸੀਂ ਇੰਨੇ ਬੋਰਿੰਗ ਨਹੀਂ ਆਏਗਾ, ਬੋਰਡ ਆਏਗਾ, ਵੀ ਤੁਸੀਂ ਇੰਨੇ ਬੋਰਡ ਦਿਖਾਈ ਕਿਉਂ ਹੋ ਰਹੇ ਹੋ, ਮਤਲਬ ਤੁਸੀਂ ਕਿਸ ਵੀ ਤੁਸੀਂ ਕਿਸੇ ਹੋਰ ਚੀਜ਼ 'ਤੇ ਬੋਰ ਹੋ, ਕਿਸੇ ਹੋਰ ਚੀਜ਼ ਤੋਂ ਤੁਸੀਂ ਬੋਰ ਹੋ ਰਹੇ ਹੋ, ਹੋਰ ਚੀਜ਼ ਕਿਹੜੀ, ਇਜ਼ ਯੂਅਰ ਲਾਈਫ, ਇੱਥੇ ਲਾਈਫ ਹੈ, ਇਜ਼ ਯੂਅਰ ਲਾਈਫ ਰੀਅਲੀ ਬੋਰਿੰਗ, ਬੋਰਿੰਗ ਆਏਗਾ, ਕੀ ਤੁਹਾਡੀ ਜ਼ਿੰਦਗੀ, ਇਹ ਨਹੀਂ ਹੈਗਾ ਸੋਰੀ ਬੋਰਿੰਗ, ਕੀ ਤੁਹਾਡੀ ਜ਼ਿੰਦਗੀ ਜ਼ਿਆਦਾ ਬੋਰਿੰਗ ਹੋਗੀ, ਠੀਕ ਹੈ। ਬਾਰਵਾਂ, ਹੀ ਇਜ਼ ਵਨ ਆਫ ਦ ਮੋਸਟ ਬੋਰਿੰਗ ਜਾਂ ਫਿਰ ਬੋਰਡ ਪੀਪਲ ਆਈ ਹੈਵ ਐਵਰ ਮੈਟ, ਹਾਂ ਇੱਥੇ ਦੇਖੋ ਇੱਥੇ ਕਹਿ ਰਿਹਾ ਹੈ ਹੀ ਇਜ਼ ਵਨ ਆਫ ਦ ਮੋਸਟ ਬੋਰਿੰਗ ਜਾਂ ਫਿਰ ਬੋਰਡ ਪੀਪਲ ਆਈ ਹੈਵ ਮੈਟ, ਵੀ ਜਿੰਨੇ ਵੀ ਲੋਕ ਹੁਣ ਤੱਕ ਮੈਂ ਦੇਖੇ ਨੇ ਉਹਨਾਂ ਵਿੱਚੋਂ ਉਹ ਸਭ ਤੋਂ ਜ਼ਿਆਦਾ ਬੋਰਿੰਗ ਜਾਂ ਫਿਰ ਬੋਰਡ, ਹੁਣ ਇੱਥੇ ਦੋਨੋਂ ਚੀਜ਼ਾਂ ਆ ਸਕਦੀਆਂ ਨੇ, ਵੀ ਜਿੰਨੇ ਮੈਂ ਪੀਪਲ ਦੇਖੇ ਨੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਬੋਰਡ ਹੈ ਉਹ, ਬੋਰਡ ਮਤਲਬ ਇਹਦਾ ਮਤਲਬ ਹੋਜੂਗਾ ਕਿ ਉਹ ਹੋਰ ਚੀਜ਼ਾਂ ਤੋਂ ਜ਼ਿਆਦਾ ਬੋਰ ਹੁੰਦਾ, ਜੇ ਬੋਰਿੰਗ ਕਹਿਤਾ ਤਾਂ ਇਹਦਾ ਮਤਲਬ ਕਿ ਜਿੰਨੇ ਹੁਣ ਤੱਕ ਮੈਂ ਲੋਕ ਦੇਖੇ ਨੇ ਉਹਨਾਂ 'ਚੋਂ ਸਭ ਤੋਂ ਵੱਧ ਬੋਰਿੰਗ ਆ ਉਹ, ਕਿ ਦੂਜੇ ਲੋਕ ਉਸ ਤੋਂ ਬੋਰ ਹੁੰਦੇ ਨੇ, ਤਾਂ ਜਦੋਂ ਅੱਗੇ ਸਿਚੁਏਸ਼ਨ ਪੜ੍ਹਾਂਗੇ ਆਪਾਂ ਨੂੰ ਪਤਾ ਚੱਲ ਜਾਏਗਾ ਇਹਨਾਂ 'ਚੋਂ ਕਿਹੜੀ ਆਊ। ਅੱਗੇ ਕਹਿ ਰਹੇ ਨੇ ਹੀ ਨੈਵਰ ਸਟੋਪਸ ਟੋਕਿੰਗ ਐਂਡ ਹੀ ਨੈਵਰ ਸੇਜ਼ ਐਨੀਥਿੰਗ ਇੰਟਰਸਟਿੰਗ ਜਾਂ ਇੰਟਰਸਟਡ, ਹਾਂ ਇਹ ਕਹਿ ਰਿਹਾ ਵੀ ਉਹ ਕਦੇ ਵੀ ਬੋਲਣਾ ਬੰਦ ਨਹੀਂ ਕਰਦਾ, ਅਤੇ ਉਹ ਕੋਈ ਵੀ ਚੀਜ਼ ਆ ਜਿਹੜੀ ਐਨੀਥਿੰਗ ਇੰਟਰਸਟਿੰਗ, ਕੋਈ ਵੀ ਚੀਜ਼ ਉਹ ਇੰਟਰਸਟਿੰਗ ਜਾਂ ਇੰਟਰਸਟਡ ਨਹੀਂ ਕਰਦਾ, ਮਤਲਬ ਕੋਈ ਵੀ ਗੱਲ ਵਧੀਆ ਨਹੀਂ ਕਰਦਾ, ਹਾਂ ਇਹਦਾ ਮਤਲਬ ਉਹ ਬੋਰਿੰਗ ਹੈ, ਵੀ ਦੂਜੇ ਲੋਕ ਉਸ ਤੋਂ ਬੋਰ ਹੁੰਦੇ ਨੇ, ਤਾਂ ਬੋਰਡ ਨਹੀਂ ਆਏਗਾ, ਬੋਰਿੰਗ ਆਏਗਾ, ਵੀ ਹੁਣ ਤੱਕ ਜਿੰਨੇ ਮੈਂ ਲੋਕ ਦੇਖੇ ਨੇ ਉਹ ਬਹੁਤ ਜ਼ਿਆਦਾ ਬੋਰਿੰਗ ਹੈ, ਠੀਕ ਹੈ, ਉਹ ਕਦੇ ਵੀ ਬੋਲਣਾ ਬੰਦ ਨਹੀਂ ਕਰਦਾ, ਅਤੇ ਐਂਡ ਹੀ ਨੈਵਰ ਸੇ ਐਨੀਥਿੰਗ ਐਨੀਥਿੰਗ ਇੰਟਰਸਟਿੰਗ, ਇੰਟਰਸਟਡ ਨਹੀਂ ਆਏਗਾ, ਐਨੀਥਿੰਗ ਇੰਟਰਸਟਿੰਗ, ਅਤੇ ਕੋਈ ਵੀ ਉਹ ਇੰਟਰਸਟਿੰਗ ਜਿਹੜੀ ਗੱਲ ਹੈ ਉਹ ਨਹੀਂ ਕਰਦਾ।
ਇਹ ਸੀ ਆਪਣੀ ਇਸ ਯੂਨਿਟ ਦਾ ਆਪਣੀ ਜਿਹੜਾ ਪਾਰਟ ਹੈ ਜਾਂ ਐਕਸਰਸਾਈਜ਼ ਕਹਿ ਲਓ ਸੈਕਿੰਡ। ਬਿਲਕੁਲ ਹੀ ਆਸਾਨ ਹੈ, ਜੇਕਰ ਤੁਹਾਨੂੰ ਆਈ ਐਨ ਜੀ ਅਤੇ ਈ ਡੀ ਦਾ ਕਿਵੇਂ ਲਗਾਉਣਾ ਪਤਾ ਚੱਲ ਜਾਏਗਾ ਤਾਂ ਆਸਾਨ ਨਾਲ ਤੁਸੀਂ ਇਹਨਾਂ ਵਿੱਚੋਂ ਜਿਹੜੇ ਆਪਸ਼ਨ ਨੇ ਉਹਨਾਂ ਨੂੰ ਚੂਜ਼ ਕਰ ਸਕਦੇ ਹੋ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਸੈਕਿੰਡ। ਐਂਡ ਹੁਣ ਆਪਣੀ ਇਸ ਯੂਨਿਟ ਦੀ ਲਾਸਟ ਜਿਹੜੀ ਆਪਣੀ ਐਕਸਰਸਾਈਜ਼ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਦੇਖੋ ਜੇਕਰ ਤੁਸੀਂ ਚਾਹੋ ਇਹ ਜਿਹੜੀ ਆਪਣੀ ਲਾਸਟ ਥਰਡ ਐਕਸਰਸਾਈਜ਼ ਹੈ ਇਸ ਨੂੰ ਤੁਸੀਂ ਛੱਡ ਵੀ ਸਕਦੇ ਹੋ, ਕਿਉਂਕਿ ਫਸਟ ਐਂਡ ਸੈਕਿੰਡ ਹੀ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਇਸ ਦੇ ਵਿੱਚ ਕੀ ਹੈ, ਇਹਨਾਂ ਨੇ ਦੇਖੋ ਆਪਸ਼ਨਸ ਦਿੱਤੇ ਨੇ, ਕੰਪਲੀਟ ਈਚ ਸੈਂਟੈਂਸ ਯੂਜ਼ਿੰਗ ਅ ਵਰਡ ਫਰੋਮ ਦ ਬੋਕਸ। ਤੁਸੀਂ ਨਾ ਬੋਕਸ ਦੇ ਵਿੱਚੋਂ ਸ਼ਬਦ ਲੈਣੇ ਨੇ। ਇਹਨਾਂ ਨੇ ਕੀ ਹੈ, ਦੇਖੋ 9 ਸੈਂਟੈਂਸ ਨੇ, ਸੋਰੀ 11 ਸੈਂਟੈਂਸ ਨੇ, ਔਰ ਇੱਥੇ ਆਪਣੇ ਕੋਲ 12 ਜਿਹੜੇ ਮਤਲਬ ਇਹਨਾਂ ਨੇ ਬਲੈਂਕਸ ਜਿਹੜੇ 12 ਹੋਣਗੀਆਂ, ਠੀਕ ਹੈ, 12 ਆਪਣੇ ਕੋਲ ਇਹਨਾਂ ਨੇ ਆਪਸ਼ਨ ਦਿੱਤੇ ਨੇ। ਜਿਸ ਤਰ੍ਹਾਂ ਇਹ ਹੈ ਅਮਿਊਜ਼ਿੰਗ ਅਮਿਊਜ਼ਡ, ਮਤਲਬ ਇੱਕ ਆਈ ਐਨ ਜੀ ਇੱਕ ਈ ਡੀ। ਇਹਨਾਂ 12 ਦੇ ਵਿੱਚੋਂ ਪਹਿਲਾਂ ਆਪਾਂ ਸੈਂਟੈਂਸ ਪੜ੍ਹਾਂਗੇ, ਸੈਂਟੈਂਸ ਦੀ ਸੈਂਸ ਦੇ ਮੁਤਾਬਕ ਆਪਾਂ ਦੇਖਾਂਗੇ ਕਿ ਉੱਪਰੋਂ ਕਿਹੜਾ ਆਏਗਾ, ਮਤਲਬ ਕਨਫਿਊਜ਼ਿੰਗ ਅਤੇ ਕਨਫਿਊਜ਼ਡ ਦੇ ਵਿੱਚੋਂ ਆਏਗਾ, ਅਨੋਇੰਗ ਅਤੇ ਅਨੋਇਡ ਦੇ ਵਿੱਚੋਂ ਆਏਗਾ, ਮਤਲਬ ਇਸ ਨਾਲ ਢੁੱਕਵਾਂ ਕਿਹੜਾ ਬੈਠਦਾ। ਫਿਰ ਉਹਨਾਂ ਨੂੰ ਲਿਆ ਕੇ ਨੀਚੇ ਫਿਰ ਉਹਨਾਂ ਵਿੱਚੋਂ ਦੇਖਣਾ ਕਿ ਆਈ ਐਨ ਜੀ ਵਾਲਾ ਆਏਗਾ ਜਾਂ ਫਿਰ ਈ ਡੀ ਵਾਲਾ, ਕਿਉਂਕਿ ਇਗਜ਼ਾਮਸ ਦੇ ਵਿੱਚ ਤੁਹਾਨੂੰ ਇੰਨੇ ਜ਼ਿਆਦਾ ਆਪਸ਼ਨ ਨਹੀਂ ਦੇਣਗੇ ਉਹ। ਜੇਕਰ ਇੱਕ ਸੈਂਟੈਂਸ ਆਇਆ ਤਾਂ ਉਸਦੇ ਸਾਹਮਣੇ ਇੱਕ ਹੀ ਆਪਸ਼ਨ ਦੇ ਦੇਣਗੇ, ਜਿੱਦਾਂ ਕਿ ਅਮਿਊਜ਼ਿੰਗ ਅਤੇ ਅਮਿਊਜ਼ਡ, ਬਸ ਇੱਕ ਆਪਸ਼ਨ ਦੇ ਦੇਣਗੇ ਵੀ ਇੱਕ ਆਈ ਐਨ ਜੀ ਨਾਲ ਲੱਗੂ ਜਾਂ ਫਿਰ ਈ ਡੀ ਨਾਲ। ਬਟ ਫਿਰ ਵੀ ਆਪਾਂ ਇਹ ਕਰਦੇ ਹਾਂ, ਪਹਿਲਾਂ ਤੋਂ ਮੈਂ ਫਿਲ ਕਰ ਦਿੱਤੇ ਨੇ, ਬਟ ਫਿਰ ਵੀ ਇਹਨਾਂ ਨੂੰ ਟ੍ਰਾਂਸਲੇਟ ਕਰਕੇ ਤੁਹਾਨੂੰ ਸਮਝਾ ਦੇਣਾ ਕਿ ਕਿਸ ਤਰ੍ਹਾਂ ਆਇਆ। ਜਿਸ ਤਰ੍ਹਾਂ ਫਸਟ ਦੇ ਵਿੱਚ ਦੇਖੋ, ਯੂ ਵਰਕ ਵੈਰੀ ਹਾਰਡ, ਕਹਿੰਦਾ ਤੁਸੀਂ ਕੰਮ ਬਹੁਤ ਸਖਤ ਕੰਮ ਕਰਦੇ ਹੋ ਤੁਸੀਂ, ਠੀਕ ਹੈ। ਇਟਸ ਨੋਟ ਸਰਪ੍ਰਾਈਜ਼ਿੰਗ ਆ ਗਿਆ ਇੱਥੇ, ਠੀਕ ਹੈ, ਇਟਸ ਨੋਟ ਸਰਪ੍ਰਾਈਜ਼ਿੰਗ ਦੈਟ ਯੂ ਆਰ ਆਲਵੇਜ਼ ਟਾਇਰਡ। ਕਹਿੰਦਾ ਇਹ ਜਿਹੜੀ ਗੱਲ ਹੈ ਇਟਸ, ਇਹਦਾ ਮਤਲਬ ਕਿ ਇਹ ਗੱਲ ਕਿਹੜੀ ਗੱਲ, ਯੂ ਆਰ ਆਲਵੇਜ਼ ਟਾਇਰਡ, ਕਿ ਤੁਸੀਂ ਹਮੇਸ਼ਾ ਥੱਕੇ ਰਹਿੰਦੇ ਹੋ। ਇੱਥੇ ਯੂ ਦੇ ਲਈ ਨਹੀਂ ਇਹਨਾਂ ਨੇ ਲਗਾਇਆ ਸਰਪ੍ਰਾਈਜ਼ਿੰਗ, ਇੱਥੇ ਲਗਾਇਆ ਉਸ ਗੱਲ ਲਈ ਵੀ ਤੁਸੀਂ ਹਮੇਸ਼ਾ ਥੱਕੇ ਰਹਿੰਦੇ ਹੋ, ਇਹ ਜਿਹੜੀ ਗੱਲ ਹੈ ਇਹ ਬਹੁਤ ਜ਼ਿਆਦਾ ਸਰਪ੍ਰਾਈਜ਼ਿੰਗ ਹੈ, ਠੀਕ ਹੈ ਨਾ। ਅਗਲਾ ਦੇਖੋ ਦੂਸਰਾ, ਸਮ ਪੀਪਲ ਗੈਟ ਬੋਰਡ ਵੈਰੀ ਈਜ਼ਲੀ। ਹਾਂ ਇੱਥੇ ਕਹਿ ਰਿਹਾ, ਕਹਿੰਦਾ ਕੁਝ ਲੋਕ ਨੇ ਜਿਹੜੇ ਬਹੁਤ ਜਲਦੀ ਬੋਰ ਹੋ ਜਾਂਦੇ ਨੇ, ਮਤਲਬ ਕਿਸੇ ਦੂਸਰੀ ਚੀਜ਼ ਤੋਂ। ਜਿਸ ਤਰ੍ਹਾਂ ਦੇਖੋ ਦੇ ਆਲਵੇਜ਼, ਇੱਥੇ ਦੇ ਆਏਗਾ, ਦੇ ਆਲਵੇਜ਼ ਨੀਡ ਸਮਥਿੰਗ ਨਿਊ, ਇੱਥੋਂ ਆਪਾਂ ਨੂੰ ਪਤਾ ਲੱਗਿਆ, ਕਹਿੰਦਾ ਉਹ ਹਮੇਸ਼ਾ ਚਾਹੁੰਦੇ ਨੇ ਕਿ ਉਹਨਾਂ ਨੂੰ ਕੁਝ ਨਾ ਕੁਝ ਨਵਾਂ ਮਿਲਦਾ ਰਹੇ, ਮਤਲਬ ਕਿ ਪੁਰਾਣੀ ਚੀਜ਼ ਤੋਂ ਜਲਦੀ ਬੋਰ ਹੋ ਜਾਂਦੇ ਨੇ ਤਾਂ ਨਵਾਂ ਚਾਹੁੰਦੇ ਨੇ ਕੁਝ। ਤਾਂ ਸਮ ਪੀਪਲ ਗੈਟ ਬੋਰਡ ਵੈਰੀ ਈਜ਼ਲੀ, ਕਿਸੇ ਦੂਸਰੇ ਚੀਜ਼ਾਂ ਤੋਂ ਬੋਰ ਹੋ ਜਾਂਦੇ ਨੇ। ਦ ਲੈਕਚਰਸ ਐਕਸਪਲੇਨੇਸ਼ਨ ਵਾਜ਼, ਜਿਹੜੀ ਲੈਕਚਰ ਦੀ ਐਕਸਪਲੇਨੇਸ਼ਨ ਹੈ, ਵਾਜ਼ ਕਨਫਿਊਜ਼ਿੰਗ, ਉਹ ਕਨਫਿਊਜ਼ਿੰਗ ਸੀ। ਕਨਫਿਊਜ਼ਿੰਗ ਕਿਉਂ, ਕਿਉਂਕਿ ਅੱਗੇ ਨੇ ਲਿਖਿਆ ਨੋਬਡੀ ਅੰਡਰਸਟੈਂਡ ਇਟ, ਕਿਸੇ ਨੂੰ ਵੀ ਮਤਲਬ ਇਹ ਸਮਝ ਨਹੀਂ ਆਈ। ਜੇ ਕਿਸੇ ਨੂੰ ਵੀ ਸਮਝ ਨਹੀਂ ਆਈ ਤਾਂ ਇਹਦਾ ਮਤਲਬ ਕਨਫਿਊਜ਼ਿੰਗ ਆ ਗਿਆ। ਔਰ ਕਨਫਿਊਜ਼ਡ ਕਿਉਂ ਨਹੀਂ ਆਇਆ, ਕਿਉਂਕਿ ਐਕਸਪਲੇਨੇਸ਼ਨ ਦੀ ਗੱਲ ਚੱਲ ਰਹੀ ਹੈ ਇੱਥੇ, ਵੀ ਐਕਸਪਲੇਨੇਸ਼ਨ ਕਨਫਿਊਜ਼ਿੰਗ ਸੀ, ਠੀਕ ਹੈ। ਉਸ ਤੋਂ ਕਨਫਿਊਜ਼ ਕੋਈ ਦੂਸਰੇ ਲੋਕ ਹੋਰ ਹੋ ਰਹੇ ਸੀ ਪੜ੍ਹਨ ਵਾਲੇ। ਫੋਰਥ, ਦ ਕਿਚਨ ਹੈਡ ਨੋਟ ਬੀਨ ਕਲੀਨਡ ਫੋਰ ਏਜਸ, ਜਿਹੜਾ ਕਿਚਨ ਹੈ ਬਹੁਤ ਮਤਲਬ ਟਾਈਮ ਤੋਂ ਉਸਦੀ ਸਫਾਈ ਨਹੀਂ ਹੋਈ। ਇਟ ਵਾਜ਼ ਰੀਅਲੀ ਡਿਸਕਸਟਿੰਗ, ਮਤਲਬ ਡਿਸਕਸਿੰਗ ਹੁੰਦਾ ਵੀ ਘਟੀਆ ਗੱਲ ਹੋਣੀ, ਘਰੇਣਾਯੋਗ ਹੋਣੀ, ਵੀ ਇਟ ਵਾਜ਼ ਮਤਲਬ ਕਿ ਵੀ ਜਿਹੜੀ ਕਿਚਨ ਦੀ ਸਫਾਈ ਨਹੀਂ ਹੋਈ ਉਹ ਚੀਜ਼, ਉਹ ਜਿਹੜੀ ਚੀਜ਼ ਆ ਬਹੁਤ ਜ਼ਿਆਦਾ ਡਿਸਕਸਿੰਗ ਹੈ, ਠੀਕ ਹੈ, ਡਿਸਕਸਟਿੰਗ ਹੈ। ਪੰਜਵਾਂ ਦੇਖੋ, ਆਈ ਡੋਂਟ ਗੋ ਟੂ ਆਰਟ ਗੈਲਰੀਜ਼, ਇਹ ਕਹਿ ਰਿਹਾ ਕੋਈ ਬੰਦਾ, ਕਹਿੰਦਾ ਮੈਂ ਆਰਟ ਗੈਲਰੀ ਨਹੀਂ ਜਾਂਦਾ, ਵੈਰੀ ਓਫਨ, ਜ਼ਿਆਦਾਤਰ ਮੈਂ ਆਰਟ ਗੈਲਰੀ ਦੇ ਵਿੱਚ ਨਹੀਂ ਜਾਂਦਾ। ਆਈ ਐਮ ਨੋਟ ਵੈਰੀ ਇੰਟਰਸਟਡ, ਕਿਉਂਕਿ ਮੈਂ ਇੰਟਰਸਟਡ ਨਹੀਂ ਹੈਗਾ ਕਿਸ ਚੀਜ਼ ਦੇ ਵਿੱਚ, ਆਰਟ ਗੈਲਰੀ ਜਾਣ ਦੇ ਵਿੱਚ ਮੈਂ ਇੰਟਰਸਟਡ ਨਹੀਂ ਹੈਗਾ। ਛੇਵਾਂ ਦੇਖੋ, ਦੇਅਰ ਇਜ਼ ਨੋ ਨੀਡ ਟੂ ਗੈਟ ਐਨੋਇਡ, ਇੱਥੇ ਐਨੋਇਡ ਆ ਗਿਆ। ਐਨੋਇਡ ਹੁੰਦਾ ਮਤਲਬ ਕਿ ਕਿਸੇ ਚੀਜ਼ ਤੋਂ, ਜਿਵੇਂ ਆਪਾਂ ਕਹਿ ਦਿੰਦੇ ਹਾਂ ਹਰਖਣਾ, ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿਸੇ ਚੀਜ਼ ਤੋਂ ਅੱਕਣਾ, ਕੋਈ ਇਸ ਤਰ੍ਹਾਂ ਦੀ ਗੱਲ ਲਾ ਲਓ। ਵੀ ਮੰਨ ਲਓ ਆਪਾਂ ਕਿਸੇ ਨੂੰ, ਆਪਾਂ ਨੂੰ ਕਿਸੇ ਨੇ ਕੋਈ ਕੰਮ ਕਿਹਾ, ਆਪਾਂ ਨੇ ਉਹ ਕੰਮ ਨਹੀਂ ਕੀਤਾ, ਤਾਂ ਅਗਲਾ ਜਦੋਂ ਆਪਣੇ 'ਤੇ ਕੋਈ ਭੜਕ ਜੇ ਜਾਂਦਾ ਉਸਨੂੰ ਬੋਲਦੇ ਐਨੋਇਡ, ਹੈ ਨਾ।
ਕਹਿੰਦਾ ਦੇਅਰ ਇਜ਼ ਨੋ ਨੀਡ ਟੂ ਗੈਟ ਅਨੋਇਡ ਜਸਟ ਬਿਕੋਜ਼ ਆਈ ਐਮ ਅ ਫਿਊ ਮਿੰਟਸ ਲੇਟ। ਕਹਿੰਦਾ ਮੈਂ ਥੋੜ੍ਹੇ ਜਿਹੇ ਮਿੰਟ ਹੀ ਲੇਟ ਹਾਂ, ਇਸ ਲਈ ਕਹਿੰਦਾ ਅਨੋਇਡ ਹੋਣ ਦੀ ਜ਼ਰੂਰਤ ਨਹੀਂ। ਦੇਖੋ ਅਨੋਇਡ ਹੁੰਦਾ ਨਾਰਾਜ਼ ਹੋਣਾ ਕਹਿ ਲਓ, ਜਾਂ ਫਿਰ ਨਾਰਾਜ਼ ਕੌਣ ਹੋਊਗਾ, ਕੋਈ ਬੰਦਾ ਹੀ ਹੋਊਗਾ, ਵਿਅਕਤੀ ਹੋਊਗਾ, ਤਾਂ ਕਹਿ ਰਿਹਾ ਵੀ ਤੁਹਾਨੂੰ ਨਾਰਾਜ਼ ਹੋਣ ਦੀ ਕੋਈ ਜ਼ਰੂਰਤ ਨਹੀਂ, ਮੈਂ ਥੋੜ੍ਹੇ ਮਿੰਟ ਹੀ ਲੇਟ ਹਾਂ। ਸੱਤਵੇਂ ਦੇ ਵਿੱਚੋਂ ਦੇਖੋ ਦ ਲੈਕਚਰ ਵਾਸ ਬੋਰਿੰਗ, ਇੱਥੇ ਬੋਰਿੰਗ ਕਿਉਂ ਆਇਆ, ਲੈਕਚਰ ਦੇ ਲਈ ਆਇਆ ਵੀ ਲੈਕਚਰ ਆ ਜਿਹੜਾ ਉਹ ਬੋਰਿੰਗ ਸੀਗਾ। ਉੱਪਰੋਂ ਬੋਰਿੰਗ ਕਿਉਂ ਲਿਆ, ਕਿਉਂਕਿ ਅੱਗੇ ਕਹਿ ਰਿਹਾ ਆਈ ਫੀਲ ਅਸਲੀਪ, ਆਈ ਫੈਲ ਅਸਲੀਪ, ਮਤਲਬ ਕਿ ਮੈਂ ਸੋ ਗਿਆ ਸੀ। ਸੋ ਕਿਉਂ ਗਿਆ ਸੀ, ਕਿਉਂਕਿ ਲੈਕਚਰ ਸੀ, ਹੈ ਬੋਰਿੰਗ ਸੀਗਾ। ਅੱਠਵਾਂ ਆਈ ਹੈਵ ਬੀਨ ਵਰਕਿੰਗ ਵੈਰੀ ਹਾਰਡ ਆਲ ਡੇ, ਕਹਿੰਦਾ ਮੈਂ ਸਾਰਾ ਦਿਨ ਜਿਹੜਾ ਕੰਮ ਹੈ ਬਹੁਤ ਸਖਤ ਕੰਮ ਕੀਤਾ, ਐਂਡ ਨਾਓ, ਅਤੇ ਹੁਣ ਆਈ ਐਮ ਐਗਜ਼ੌਸਟਡ, ਅਤੇ ਹੁਣ ਮੈਂ ਥੱਕ ਗਿਆ, ਆਈ ਐਮ ਐਗਜ਼ੌਸਟਡ, ਮੈਂ ਥੱਕ ਗਿਆ। ਕਿਸ ਦੁਆਰਾ ਥੱਕ ਗਿਆ, ਕੰਮ ਕਰਕੇ ਥੱਕ ਗਿਆ। ਆਈ ਐਮ ਸਟਾਰਟਿੰਗ ਅ ਨਿਊ ਜੋਬ ਨੈਕਸਟ ਵੀਕ, ਅਗਲੇ ਵੀਕ ਮੈਂ ਨਵੀਂ ਜੋਬ ਸਟਾਰਟ ਕਰ ਰਿਹਾ, ਇਸ ਲਈ ਕਹਿੰਦਾ ਆਈ ਐਮ ਵੈਰੀ ਐਕਸਾਈਟਡ, ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ। ਐਕਸਾਈਟਡ ਕੌਣ ਹੈ, ਆਈ, ਮਤਲਬ ਮੈਂ ਐਕਸਾਈਟਡ ਹਾਂ। ਦਸਵਾਂ ਦੇਖੋ ਸਟੀਵ ਇਜ਼ ਗੁੱਡ ਐਟ ਟੈਲਿੰਗ ਫਨੀ ਸਟੋਰੀਜ਼, ਦੇਖੋ ਇਹਨੂੰ ਧਿਆਨ ਨਾਲ ਪੜ੍ਹਨਾ, ਜਿਹੜਾ ਸਟੀਵ ਹੈ ਉਹ ਫਨੀ ਸਟੋਰੀਆਂ ਸੁਣਾਉਣ ਦੇ ਵਿੱਚ ਬਹੁਤ ਜ਼ਿਆਦਾ ਕੀ ਹੈ, ਗੁੱਡ ਹੈ, ਬਹੁਤ ਜ਼ਿਆਦਾ ਵਧੀਆ। ਹੀ ਕੈਨ ਬੀ ਵੈਰੀ ਅਮਿਊਜ਼ਿੰਗ, ਅਮਿਊਜ਼ਿੰਗ ਹੁੰਦਾ ਹਾਸੇ ਵਾਲਾ, ਮਤਲਬ ਬਹੁਤ ਹਾਸ ਰਾਸ ਵਾਲਾ ਵਿਅਕਤੀ ਹੋ ਸਕਦਾ। ਕਿਉਂ, ਦੇਖੋ ਇੱਥੇ ਅਮਿਊਜ਼ਡ ਕਈ ਸੋਚਦੇ ਹੋਣੇ ਸਟੂਡੈਂਟਸ, ਇੱਥੇ ਇਹ ਵੀ ਆ ਸਕਦਾ ਕਿਉਂਕਿ ਹੀ ਆ ਗਿਆ, ਹੀ ਕੈਨ ਬੀ ਵੈਰੀ ਅਮਿਊਜ਼ਡ। ਜੇਕਰ ਆਪਾਂ ਇਸ ਤਰ੍ਹਾਂ ਲਗਾ ਦਿੰਦੇ ਹੀ ਕੈਨ ਬੀ ਵੈਰੀ ਅਮਿਊਜ਼ਡ, ਤਾਂ ਉਹਦਾ ਮਤਲਬ ਹੋ ਜਾਂਦਾ ਜਿਹੜਾ ਇਹ ਹੀ ਹੈ, ਹੀ ਮਤਲਬ ਕਿ ਇਹ ਸਟੀਵ ਹੈ, ਜਿਹੜਾ ਸਟੀਵ ਹੈ ਉਹ ਕਿਸੇ ਹੋਰ ਉੱਤੇ ਹੱਸਦਾ, ਕਿਸੇ ਹੋਰ ਵਿਅਕਤੀ ਦੇ ਉੱਪਰ ਹੱਸਦਾ, ਕਿਸੇ ਹੋਰ ਵਿਅਕਤੀ ਦੀਆਂ ਗੱਲਾਂ ਤੋਂ ਹੱਸਦਾ। ਬਟ ਨਹੀਂ, ਇੱਥੇ ਇਹਨਾਂ ਨੇ ਕਿਹਾ ਕਿ ਸਟੀਵ ਖੁਦ ਹੈ ਜਿਹੜਾ ਉਹ ਫਨੀ ਸਟੋਰੀਆਂ ਸੁਣਾਉਂਦਾ, ਦੂਸਰੇ ਲੋਕ ਉਸ ਦੇ ਉੱਪਰ ਉਸ ਦੀਆਂ ਸਟੋਰੀਆਂ ਦੇ ਉੱਪਰ ਹੱਸਦੇ ਨੇ, ਤਾਂ ਕਰਕੇ ਹੀ ਕੈਨ ਬੀ ਵੈਰੀ ਅਮਿਊਜ਼ਿੰਗ, ਵੀ ਉਹ ਵੈਰੀ ਅਮਿਊਜ਼ਿੰਗ ਹੈ, ਹਾਸ ਰਾਸ ਵਾਲਾ ਵਿਅਕਤੀ ਹੈ, ਦੂਸਰੇ ਲੋਕ ਖੁਸ਼ ਹੁੰਦੇ ਨੇ ਉਸ ਦੀਆਂ ਸਟੋਰੀਆਂ ਤੋਂ। ਹੈਲਨ ਇਜ਼ ਅ ਵੈਰੀ ਇੰਟਰਸਟਿੰਗ ਪਰਸਨ, ਠੀਕ ਹੈ, ਜਿਹੜੀ ਹੈਲਨ ਹੈ ਉਹ ਬਹੁਤ ਜ਼ਿਆਦਾ ਇੰਟਰਸਟਿੰਗ ਪਰਸਨ ਹੈ। ਕਿਉਂ ਇੰਟਰਸਟਿੰਗ ਪਰਸਨ ਹੈ, ਕਿਉਂਕਿ ਦੂਸਰੇ ਲੋਕ ਉਸਨੂੰ ਵਧੀਆ ਸਮਝਦੇ ਨੇ, ਤਾਂ ਇੰਟਰਸਟਿੰਗ ਹੈ। ਜੇ ਆਪਾਂ ਇੰਟਰਸਟਡ ਲਿਖ ਦਿੰਦੇ ਤਾਂ ਉਹਦਾ ਮਤਲਬ ਹੋ ਜਾਂਦਾ ਹੈਲਨ ਇਜ਼ ਅ ਵੈਰੀ ਇੰਟਰਸਟਡ ਪਰਸਨ, ਮਤਲਬ ਕਿ ਹੈਲਨ ਬਹੁਤ ਜ਼ਿਆਦਾ ਇੰਟਰਸਟਡ ਹੈ ਕਿਸੇ ਹੋਰ ਚੀਜ਼ ਦੇ ਉੱਪਰ। ਬਟ ਇੱਥੇ ਹੈਲਨ ਨੂੰ ਇਹ ਨਹੀਂ ਕਿਹਾ ਗਿਆ ਕਿ ਹੈਲਨ ਕਿਸੇ ਹੋਰ ਚੀਜ਼ ਦੇ ਉੱਪਰ ਇੰਟਰਸਟਡ ਹੈ, ਨਹੀਂ, ਹੈਲਨ ਖੁਦ ਇੰਟਰਸਟਿੰਗ ਹੈ, ਦੂਸਰੇ ਲੋਕ ਉਸਨੂੰ ਮਤਲਬ ਕਿ ਉਸ ਦੇ ਵਿੱਚ ਇੰਟਰਸਟ ਲੈਂਦੇ ਨੇ, ਕਿਉਂਕਿ ਸ਼ੀ ਨੋਜ਼ ਅ ਲੋਟ, ਉਹ ਬਹੁਤ ਕੁਝ ਜਾਣਦੀ ਹੈ। ਸ਼ੀ ਹੈਜ਼ ਟਰੈਵਲਡ ਅ ਲੋਟ, ਉਸਨੇ ਬਹੁਤ ਮਤਲਬ ਟਰੈਵਲ ਕੀਤਾ, ਦੁਨੀਆ ਗਾਹੀ ਹੈ। ਐਂਡ ਸ਼ੀ ਹੈਜ਼ ਡਨ ਲੋਟਸ ਆਫ ਇੰਟਰਸਟਿੰਗ ਥਿੰਗਸ, ਅਤੇ ਉਹਨੇ ਬਹੁਤ ਸਾਰੀਆਂ ਇੰਟਰਸਟਿੰਗ ਥਿੰਗਸ ਨੇ ਜਿਹੜੀਆਂ ਉਹ ਕੀਤੀਆਂ ਨੇ, ਤਾਂ ਕਰਕੇ ਉਹ ਇੰਟਰਸਟਿੰਗ ਹੈ। ਸੋ ਇਹ ਆਪਣੀ ਲਾਸਟ ਸੀਗੀ, ਇਹ ਬਸ ਤੁਸੀਂ ਪ੍ਰੈਕਟਿਸ ਦੇ ਲਈ ਕਰ ਸਕਦੇ ਹੋ, ਇਗਜ਼ਾਮ ਦੇ ਲਈ ਜ਼ਿਆਦਾ ਇੰਪੋਰਟੈਂਟ ਇਹ ਨਹੀਂ ਹੈਗੀ। ਫਸਟ ਐਂਡ ਸੈਕਿੰਡ ਤੁਸੀਂ ਨੇ ਬਹੁਤ ਕੇਅਰਫੁਲੀ ਕਰਨੀ ਹੈ, ਉਹਨਾਂ ਦੀ ਪ੍ਰੈਕਟਿਸ ਆ ਜਿਹੜੀ ਉਹ ਤੁਸੀਂ ਵਾਰ ਵਾਰ ਕਰਨੀ ਹੈ। ਸੋ ਇਹ ਸੀ ਆਪਣੀ ਯੂਨਿਟ ਨੰਬਰ 98, ਬਿਲਕੁਲ ਵੀ ਇਸ ਯੂਨਿਟ ਦੇ ਵਿੱਚ ਕੁਝ ਖਾਸ ਨਹੀਂ ਹੈਗਾ, ਠੀਕ ਹੈ, ਜੇਕਰ ਤੁਸੀਂ ਪ੍ਰੈਕਟਿਸ ਕਰਦੇ ਹੋ, ਧਿਆਨ ਨਾਲ ਸਮਝਦੇ ਹੋ, ਤਾਂ ਇਗਜ਼ਾਮਸ ਦੇ ਵਿੱਚ ਜੇਕਰ ਤੁਹਾਨੂੰ ਸੈਂਟੈਂਸ ਆਏਗਾ, ਆਸਾਨੀ ਦੇ ਨਾਲ ਤੁਸੀਂ ਬਣਾ ਦੋਗੇ, ਕੋਈ ਪ੍ਰੋਬਲਮ ਨਹੀਂ, ਠੀਕ ਹੈ। ਔਰ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ, ਕਈ ਵਾਰ ਨਾ ਕੀ ਹੁੰਦਾ, ਦੇਖੋ ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਫਸਟ ਟਾਈਮ ਚੈਨਲ ਦੇ ਉੱਪਰ ਆਏ ਹੋ, ਹੈ ਨਾ, ਜਾਂ ਫਿਰ ਪਹਿਲਾਂ ਤੋਂ ਹੀ ਚੈਨਲ ਦੇ ਨਾਲ ਤੁਸੀਂ ਹੈਗੇ ਹੋ, ਅਟੈਚ ਹੈਗੇ ਹੋ, ਤਾਂ ਉੱਥੇ ਇਕੱਲੀ ਵੀਡੀਓ ਦੇਖ ਕੇ ਨਾ ਛੱਡਿਆ ਕਰੋ। ਕਈ ਵਾਰ ਇਹੋ ਜਿਹੇ ਸਟੂਡੈਂਟਸ ਵੇਟ ਕਰ ਰਹੇ ਹੁੰਦੇ ਨੇ, ਉਹਨਾਂ ਤੱਕ ਵੀਡੀਓ ਨਹੀਂ ਪਹੁੰਚਦੀ, ਹੋ ਸਕਦਾ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਉਹਨਾਂ ਤੱਕ ਵੀਡੀਓ ਪਹੁੰਚੇ, ਜਿਹੜੇ ਕਿ ਘਰ ਬੈਠੇ ਨੇ, ਟਿਊਸ਼ਨ 'ਤੇ ਨਹੀਂ ਜਾ ਸਕਦੇ, ਪ੍ਰਾਈਵੇਟ ਪੜ੍ਹ ਰਹੇ ਨੇ, ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ। ਇਸ ਲਈ ਮੈਂ ਵੱਧ ਤੋਂ ਵੱਧ ਕਹਿਣਾ ਕਿ ਸਟੇਟਸ ਲਗਾਇਆ ਕਰੋ, ਅੱਗੇ ਸ਼ੇਅਰ ਕਰਿਆ ਕਰੋ, ਆਪਣੇ ਫੇਸਬੁੱਕ 'ਤੇ ਬੇਸ਼ੱਕ ਸ਼ੇਅਰ ਕਰ ਦਿਆ ਕਰੋ, ਆਪਣੇ ਹੋਰ ਕੋਈ ਵੀ ਅਕਾਊਂਟ ਹੈ ਤੁਹਾਡਾ ਉੱਥੇ ਸ਼ੇਅਰ ਕਰ ਸਕਦੇ ਹੋ, ਠੀਕ ਹੈ, ਤਾਂ ਕਿ ਜਿਹੜੇ ਸਾਰੇ ਸਟੂਡੈਂਟਸ ਨੇ ਉਹ ਫਾਇਦਾ ਉਠਾ ਸਕਣ।
ਸੋ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ, ਸਮਝ ਆਈ ਹੈ, ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਔਰ ਚੈਨਲ ਉੱਪਰ ਜੇਕਰ ਤੁਸੀਂ ਵੀ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦਾ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮੱਚ।